ਵਾਹਿ ਗੁਰੂ ਵਾਹਿ ਖੁੱਲ ਕੇ ਵਾਹਿਗੁਰੂ 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 ਜੁੜ ਕੇ ਇਕਾਗਰ ਹੋ ਕੇ ਥੋੜ੍ਹਾ ਜਿਹਾ ਰੁਚੀ ਬੋਲੋ ਸਰਬ ਕਲਾ ਸਮਰੱਥ ਸਾਰੇ ਪੜ੍ਹੋ ਸਿਰ ਨਵਾ ਕੇ ਸਾਰੇ ਪੜ੍ਹੋ ਆਪਣੇ ਮਨ ਦੀ ਵਿਰਥਾ ਕਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੰਡੌਤ ਬੰਧਨ ਅਨਕਵਾਰ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਹਾਂ ਆਇਆ ਦੂਰੋਂ ਚੱਲ ਕੇ ਹਾਂ ਆਇਆ ਦੂਰੋਂ ਚੱਲ
ਕਹਿਹਾਂ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਅਕਸ਼ਰ ਹੈ ਜਿਹਨੂੰ ਆਪਾਂ ਇਸ ਤਰ੍ਹਾਂ ਵੀ ਪੜ੍ਹਿਆ ਜਾਕੋ ਹਰ ਰੰਗ ਲਾਗੋ ਇਸ ਯੁੱਗ ਕਿਹੜਾ ਹੈ ਇਸ ਵੇਲੇ ਪੀਰੀਅਡ ਮੁਤਾਬਕ ਕਲਯੁੱਗ ਦਾ ਪੀਰੀਅਡ ਹੈ ਇਹ ਜਿਹਦੇ 'ਚ ਤੁਸੀਂ ਅਤੇ ਮੈਂ ਜੀ ਰਹੇ ਹਾਂ ਅਤੇ ਰੰਗ ਦੇ ਅੱਖਰੀ ਅਰਥ ਨੇ ਪ੍ਰੇਮ ਰੰਗ ਇਹ ਨਹੀਂ ਵੀ ਆਹ ਵਾਈਟ ਆ ਆਹ ਨੀਲਾ ਹੈ ਇਹ ਨਹੀਂ ਇਸ ਰੰਗ ਦੇ ਅਰਥ ਤੁਸੀਂ ਇਸ ਗੱਲ ਨਾਲ ਨਾ ਲੈਣੇ ਜਿਹੜਾ ਤੁਸੀਂ ਪੜ੍ਹਦੇ ਹੋ ਲਾਲ ਰੰਗ ਜਿਸ ਕੋ ਲੱਗਾ ਜਿਸ ਕੇ ਲਾਲ ਉਹ ਰੰਗ ਨਹੀਂ ਜਿਹੜਾ ਲੋਕ ਸਿਰ 'ਤੇ ਬੰਨ੍ਹਦੇ ਆ ਅਤੇ ਕੱਪੜੇ ਪਾਉਂਦੇ ਆ ਲਾਲ ਮੀਨਜ ਆ ਵਾਹਿਗੁਰੂ ਪਤਾ ਲੱਗ ਗਿਆ ਲਾਲ ਮੀਨਜ ਥੋੜ੍ਹੇ ਜਿਹੇ ਦੋ ਅਕਸ਼ਰ ਨੇ ਇਹਨਾਂ ਨੂੰ ਸਮਝ ਲਓ ਮੂੰਹ ਲਾਲਨ ਸਿਉਂ ਪ੍ਰੀਤ ਬਣੀ ਸਪਸ਼ਟ ਹੋ ਗਿਆ ਹੋਣਾ ਐਸੀ ਲਾਲ ਹੁਣ ਅਰਥ ਸਪਸ਼ਟ ਹੋ ਗਿਆ ਹੋਊ ਲਾਲ ਦਾ ਮਤਲਬ ਅੱਜ ਤੱਕ ਜੇ ਮਨ ਵਿੱਚ ਕਿਤੇ ਇਸ ਤਰ੍ਹਾਂ ਦਾ ਸ਼ੰਕਾ ਸੀ ਵੀ ਜਿਹੜਾ ਪਰਮੇਸ਼ੁਰ ਦਾ ਨਾਮ ਜਪਦਾ ਉਹਦਾ ਰੰਗ ਲਾਲ ਹੋ ਜਾਂਦਾ ਇਹ ਗਲਤ ਆ ਪਕੜਿਓ ਲਾਲ ਮੀਨ ਜਿਹਾ ਵਾਹਿਗੁਰੂ ਪਰਮੇਸ਼ੁਰ ਜਿੰਨੀਆਂ ਨਿੱਕੀਆਂ ਨਿੱਕੀਆਂ ਇਹ ਕਹਾਣੀਆਂ ਨੇ ਕੱਲ੍ਹ ਜਦੋਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਸਦਾ ਸੁਲੱਖਣ ਸੁਣੋ ਵੀ ਕਿਆ ਪਕੜਿਆ ਸਾਡੀ ਗੁਰਬਾਣੀ 'ਤੇ ਮੇਰਾ ਭਰਾ ਸੀ ਮੈਨੂੰ ਪਤਾ ਇਹਨੇ ਮਹਿਸੂਸ ਨਹੀਂ ਕਰਨਾ ਚੋਟ ਬੜੀ ਗਹਿਰੀ ਸੀ ਚੋਟ ਬੜੀ ਗਹਿਰੀ ਸੀ ਵਿਸ਼ਾ ਚੱਲ ਰਿਹਾ ਸੀ ਸੁਖੀ ਬੱਸੇ ਮੋਰੋ ਪਰਿਵਾਰਾ ਅਤੇ ਮੈਂ ਅਕਸ਼ਰ ਅਜੇ ਇਹ ਬੋਲਿਆ ਵੀ ਸੁਖੀ ਬੱਸੇ ਅਤੇ ਅੱਗੋਂ ਕਹਿ ਦਿੱਤਾ ਮਸਕੀਨੀ ਆ ਪਕੜ ਨਹੀਂ ਰਹੇ ਤੁਸੀਂ ਗੱਲ ਨੂੰ ਨਹੀਂ ਅੱਛਾ ਵਿਸ਼ੇ ਨੂੰ ਫੜਨਾ ਟੌਪਿਕ ਨੂੰ ਫੜਨਾ ਵੀ ਟੌਪਿਕ ਕੀ ਚੱਲ ਰਿਹਾ ਹੈ ਇਹ ਆ ਗੁਰਬਾਣੀ ਅਤੇ ਇਹਨੂੰ ਕਹਿਣਾ ਵੀ ਬਹੁਤੀ ਜ਼ਿਆਦਾ ਵਧਾਤੀ ਬਹੁਤੀ ਜ਼ਿਆਦਾ ਵਧਾਤੀ ਆਖੋ ਵਾਹਿਗੁਰੂ ਇਹਨੂੰ ਕਹਿੰਦੇ ਜਿਹੜਾ ਟੌਪਿਕ ਨੂੰ ਫੜਨਾ ਹੈ ਨਾ ਟੌਪਿਕ ਨੂੰ ਵਿਸ਼ੇ ਨੂੰ ਇਹਨੂੰ ਕਹਿੰਦੇ ਗੁਰਬਾਣੀ ਅਤੇ ਪਕੜ ਵੀ ਟੌਪਿਕ ਕੀ ਚੱਲ ਰਿਹਾ ਘੱਟ ਕਰੋ ਵੀਰ ਜੀ ਆਖੋ ਵਾਹਿਗੁਰੂ ਕੀ ਕਹਿੰਦੇ ਇਹਨੂੰ ਗੁਰਬਾਣੀ 'ਤੇ ਪਕੜ ਹੋਣੀ ਵੀ
ਇਹ ਜਿਹੜਾ ਕਥਾਵਾਚਕ ਕੀਰਤਨੀ ਹੈ ਕਿਸ ਸ਼ਬਦ ਤੋਂ ਲੈ ਕੇ ਤੁਰਿਆ ਹੈ ਅਤੇ ਇਹਨੇ ਸਾਰੇ ਸ਼ਬਦ ਉਸ ਟੌਪਿਕ 'ਤੇ ਪੜ੍ਹਨੇ। ਭਾਗਾਂ ਵਾਲੇ ਕੀਰਤਨੀਆਂ ਪੜ੍ਹਦੇ ਆਖੋ ਵਾਹਿਗੁਰੂ, ਜਿਹੜੇ ਭਾਗਾਂ ਵਾਲੀਆਂ ਕੀਰਤਨੀਆਂ ਰੂਹਾਂ ਨੇ ਸਾਰੇ ਨਹੀਂ, ਇੱਕ ਸ਼ਬਦ ਕਿਸੇ ਟੌਪਿਕ ਦਾ ਲਿਆ ਹੈ, ਦੂਸਰਾ ਸ਼ਬਦ ਕਿਸੇ ਟੌਪਿਕ ਦਾ ਲਿਆ ਹੈ, ਇੱਕੇ ਟੌਪਿਕ 'ਤੇ ਹੀ ਸਾਰੇ ਸ਼ਬਦ ਪੜ੍ਹਨੇ। ਜੇ ਵਿੱਚ ਸੇਵਾ ਆ ਗਿਆ ਨਾ, ਸੇਵਾ ਨਾ ਪੁੱਤ ਕੀ, ਸੇਵਾ ਦਾ ਕੰਸੈਪਟ ਅੱਗੇ ਆ ਗਿਆ ਅਤੇ ਸਾਰੇ ਸ਼ਬਦ ਇਹਨੂੰ ਕਹਿੰਦੇ ਟੌਪਿਕ। ਅੱਜ ਜਿਹੜਾ ਮੈਂ ਤੁਹਾਡੇ ਨਾਲ ਵਚਨ ਕੀਤਾ ਉਹ ਇਹ ਹੈ, ਰੰਗ ਦਾ ਅਰਥ ਹੈ ਪ੍ਰੇਮ। ਬੋਲੋ ਭਲਾ ਪਰ ਇਹ ਮਤ ਅੱਗੇ ਕੀ ਹੈ, ਉਹ ਮੈਲ ਕਿਤਨਾ ਧੁੱਪਦੀ ਜੀ, ਨਾਮ ਦੇ ਨਾਲ ਕੀ ਕੀਤਿਆਂ ਪ੍ਰੇਮ, ਉਹ ਧੁੱਪੇ ਨਾਵੇਂ ਕਹਿ, ਨਾਮ ਨਾਲ ਪੈ ਜੇ ਪ੍ਰੇਮ ਤਾਂ ਤੁਸੀਂ ਵਾਰ ਵਾਰ ਜਪੋਗੇ, ਆਖੋ ਵਾਹਿਗੁਰੂ, ਵਾਰ ਵਾਰ ਜਪੋਗੇ ਤਾਂ ਮੈਲ ਉਤਰੂਗੀ। ਜੇ ਪ੍ਰੇਮ ਨਹੀਂ ਨਾ ਪਿਆ, ਕੀ ਕਿਹਾ ਪ੍ਰੇਮ ਨਹੀਂ ਪਿਆ ਤਾਂ ਫਿਰ ਤੁਸੀਂ ਨੇਮ ਕਰ ਰਹੇ ਹੋ ਪ੍ਰੇਮ ਨਹੀਂ। ਜਿਹੜਾ ਵੱਧੋ ਰੁੱਤੇ ਘੰਟਾ ਬਹਿਣਾ, ਆਖੋ ਵਾਹਿਗੁਰੂ, ਕੀ ਕਿਹਾ ਜੀ, ਵੱਧੋ ਰੁੱਤੇ ਘੰਟਾ ਬਹਿਣਾ ਹੈ, ਇਹ ਨੇਮ ਤਾਂ ਹੋ ਸਕਦਾ ਹੈ ਪ੍ਰੇਮ ਨਹੀਂ। ਅਤੇ ਤੁਸੀਂ ਸਾਰੇ ਟੌਪਿਕ ਜੇ ਤੁਹਾਡੇ 'ਚੋਂ ਕੁਝ ਜਾਗਦੀਆਂ ਰੂਹਾਂ ਨੇ ਅਤੇ ਤੁਸੀਂ ਸਾਰੇ 'ਚੋਂ ਵੇਖੋਗੇ। ਗੁਰੂ ਨਾਨਕ ਦੇ ਘਰ ਦਾ ਮਿਸ਼ਨ ਹੈ, ਬਲਕਾਰ ਸਿੰਘ ਪਿੱਛੇ ਬਹਿ ਗਏ, ਜਾ ਕੇ ਅੱਗੇ ਆਓ, ਤੁਸੀਂ ਵੀ ਥੋੜ੍ਹੇ ਜਿਹੇ ਇੱਥੇ ਆ ਜਾਓ, ਇੱਥੇ ਮੇਰੇ ਕੋਲ ਆਓ। ਗੁਰੂ ਨਾਨਕ ਦੇ ਘਰ ਦਾ ਮਿਸ਼ਨ ਹੈ, ਇਹ ਨਹੀਂ ਕਿਹਾ ਜੇ ਨੇਮ ਕੀਓ ਤਿੰਨ ਹੀ ਪ੍ਰਪਾਇਓ, ਕੀ ਕਿਹਾ, ਪ੍ਰੇਮ ਨਾਲ ਤੁਸੀਂ ਭਾਵੇਂ 10 ਮਿੰਟ ਬੈਠੋ, ਉਹ ਨਹੀਂ ਕਹਿੰਦਾ ਵੀ ਤੁਹਾਨੂੰ ਪ੍ਰੇਮ ਤਾਂ ਹੋਵੇ ਨਾ, ਇੱਕ ਨੇਮ 'ਤੇ ਬੱਧੇ ਤੁਸੀਂ ਘੰਟਾ ਬੈਠੇ ਹੋ ਮਗਰ ਤੁਹਾਡਾ ਮਨ ਤਾਂ ਜੁੜਿਆ ਨਹੀਂ, ਤੁਸੀਂ 10 ਮਿੰਟ ਬੈਠੋ ਮਗਰ ਉਹਦੇ ਪਿੱਛੇ ਕੀ ਹੋਵੇ ਛੁਪਿਆ, ਪ੍ਰੇਮ। ਹੁਣ ਅੱਜ ਦਾ ਜਿਹੜਾ ਮੈਂ ਬਚਨ ਦੱਸ ਰਿਹਾ, ਤੈਨੂੰ ਪਤਾ ਲੱਗ ਰਿਹਾ, ਬਚਨ ਇਹ ਦੱਸ ਰਿਹਾ ਵੀ ਰੰਗ ਦਾ ਮਤਲਬ ਕੀ ਹੁੰਦਾ, ਰੰਗ ਜਾਕੋ, ਹੁਣ ਪਤਾ ਲੱਗ ਗਿਆ ਜਿਹਨੂੰ ਹਰੀ ਦੇ ਨਾਲ ਪ੍ਰੇਮ ਲੱਗ ਗਿਆ। ਕਲਯੁੱਗ ਵਿੱਚ ਲੋਕਾਂ ਨੂੰ ਪ੍ਰੇਮ ਹੈ ਧੀਆਂ ਪੁੱਤਾਂ ਨਾਲ, ਸਾਰਾ ਜੀਵਨ ਘੋਲ ਕੇ ਸੁੱਟ ਦਿੰਦੇ ਧੀਆਂ ਪੁੱਤਾਂ ਲਈ, ਧੀ ਪੁੱਤ ਸਫਲ ਕਰ ਲਈਏ ਫਿਰ ਨਾਮ ਜਪਾਂਗੇ, ਇਸ ਤਰ੍ਹਾਂ ਕਹਿੰਦੇ ਕਿ ਨਹੀਂ, ਬੋਲੋ ਆਖੋ ਵਾਹਿਗੁਰੂ, ਧੀਆਂ ਪੁੱਤਾਂ ਲਈ ਘਰ ਬਣਾ ਲਈਏ ਫਿਰ ਕੀ ਕਰਾਂਗੇ, ਨਾਮ ਜਪਾਂਗੇ। ਇਸ ਮੰਜ਼ਿਲ 'ਤੇ ਪਹੁੰਚ ਕੇ ਫਿਰ ਮੈਂ ਵਿਹਲਾ ਹੀ ਹਾਂ, ਫਿਰ ਕੀ ਕਰਾਂਗੇ, ਨਾਮ ਜਪਾਂਗੇ। ਇੱਥੋਂ ਪਤਾ ਲੱਗਾ ਨਾਮ ਇੱਕ ਵਾਧੂ ਚੀਜ਼ ਹੈ ਜਿਹੜੀ ਮਗਰੋਂ ਨਿਪਟ ਲਾਂਗੇ ਇਹਦੇ ਨਾਲ, ਪਤਾ ਲੱਗਾ ਜੀ। ਅਸਲੀ ਮੇਰੇ ਸਤਿਗੁਰੂ ਪਾਤਸ਼ਾਹ ਪਿਤਾ ਜੀ ਕਹਿੰਦੇ ਵੀ ਕਲਯੁੱਗ ਵਿੱਚ ਸੋ ਕਈ ਅੱਤ ਹੈ, ਸੂਰਾ ਮਿੰਜ ਸੂਰਮਾ, ਉਹ ਸੂਰਮਾ ਹੈ ਕਲਯੁੱਗ ਦੇ ਵਿੱਚ ਜਿਹਦਾ ਪਿਆਰ ਮਾਇਆ ਨਾਲ ਨਹੀਂ ਪਿਆ, ਹਾਜ਼ਰ ਹੋ ਤੇ ਬੋਲੋ, ਜਿਹਦਾ ਪਿਆਰ ਮਾਇਆ ਨਾਲ ਨਹੀਂ ਪਿਆ, ਪਦਵੀ ਨਾਲ ਨਹੀਂ ਪਿਆ, ਪਰਿਵਾਰ ਨਾਲ ਨਹੀਂ ਪਿਆ, ਆਖੋ ਵਾਹਿਗੁਰੂ, ਇਹ ਨਹੀਂ ਵੀ ਪਰਿਵਾਰ ਨਾਲ ਨਫ਼ਰਤ ਕਰਨੀ, ਇਸ ਟੁੱਕ ਤੋਂ ਨਾ ਲੈਣਾ, ਪਿਆਰ ਕਿਹਦੇ ਨਾਲ ਪਿਆ,
ਵਾਹਿਗੁਰੂ ਨਾਲ ਜਾਗੋ ਹਰ ਰੰਗ ਲਾਗੋ। ਇਸ ਕਲਯੁਗ ਵਿੱਚ ਜਿਨ੍ਹਾਂ ਨੂੰ ਹਰੀ ਨਾਲ ਪ੍ਰੇਮ ਪਿਆ ਹੈ ਸੋ ਕਈਅਤ ਹੈ ਉਹ ਸੂਰਮਾ ਹੈ ਜਿਹਨੂੰ ਇਸ ਸ਼ਬਦ ਨਾਲ ਪਿਆ ਪਿਆ ਵਾਹਿਗੁਰੂ 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 ਪਿਆਰ ਨਾਲ ਜਪੋ ਪਿਆਰ ਨਾਲ ਭਲਾ ਚੌਂਕੜਾ ਮਾਰ ਕੇ ਸਿੱਧਾ ਲੱਗ ਕਰਕੇ ਕੰਨਾਂ ਤੋਂ ਸੁਣੋ ਇਹ ਪਿਆਰ ਭੁੱਲਦਾ ਜਾਵੇ ਮਾਲਕ ਨੂੰ ਵੀ ਤੁਸੀਂ ਕਹੋ ਵੀ ਰੰਗ ਜਿਹੜਾ ਸ਼ਬਦ ਹੈ ਇਹਦਾ ਮਤਲਬ ਕੀ ਕਮਾਲ ਦੀ ਗੱਲ ਇੱਡੀ ਛੇਤੀ ਪਰਮਜੀਤ ਸਿੰਘ ਭੁੱਲ ਵੀ ਹੁਣੇ ਦੱਸ ਕੇ ਹਟਿਆ ਰੰਗ ਇੱਕ ਅਕਸ਼ਰ ਆਪਣੇ ਅੰਦਰ ਉਤਾਰ ਲਓ ਇਹਨੂੰ ਅੱਜ ਕੱਲ੍ਹ ਬੜਾ ਮਾਇਆ ਦਾ ਰੰਗ ਲੱਗਾ ਪਤਾ ਲੱਗਾ ਵੀ ਇਹ ਮਾਇਆ ਦਾ ਪ੍ਰੇਮ ਪਿਆ ਇਹਨੂੰ ਇਹਨੂੰ ਬੜਾ ਪਦਵੀ ਦਾ ਰੰਗ ਲੱਗਾ ਪਤਾ ਲੱਗ ਰਿਹਾ ਜੀ ਰੰਗ ਦਾ ਪਹਿਲੋਂ ਤਾਂ ਬੇਟਾ ਬੱਚੇ ਨੂੰ ਫੜ ਲਓ ਮੇਰਾ ਪੁੱਤਰ ਫੜ ਲਓ ਆ ਜਿਹੜਾ ਬੋਲਦਾ ਬੱਚਾ ਇਹਨੂੰ ਫੜ ਲਓ ਮੇਰਾ ਪੁੱਤਰ ਆਖੋ ਵਾਹਿਗੁਰੂ ਰੰਗ ਅਕਸ਼ਰ ਨੂੰ ਚੰਗੀ ਤਰ੍ਹਾਂ ਚਿੱਥ ਲਓ ਫਿਰ ਆਪਾਂ ਤੁਰਦੇ ਹਾਂ ਮਾਲਕ ਨੂੰ ਪੁੱਛੀਏ ਮਾਲਕ ਜਿਹੜਾ ਰੰਗ ਸ਼ਬਦ ਹੈ ਇਹਦਾ ਤੁਸੀਂ ਬਾਣੀ 'ਚ ਕੀ ਅਰਥ ਕੀਤਾ ਹੈ ਸਾਹਿਬ ਕਹਿੰਦੇ ਹਰ ਨਾਮਾ ਹੁਣ ਬੋਲੋ ਖੁੱਲ ਕੇ ਹਰ ਨਾਮਾ ਕੁਛ ਸਪਸ਼ਟ ਹੋਇਆ ਹਰੀ ਦਾ ਨਾਮ ਹੀ ਹਰੀ ਦਾ ਰੰਗ ਆ ਹਰੀ ਦਾ ਪ੍ਰੇਮ ਆ ਜਿਹਦੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੰਮ੍ਰਿਤ ਵੇਲੇ ਤੋਂ ਉੱਠ ਕੇ ਕਹਿਣਾ ਸ਼ੁਰੂ ਕਰ ਦਿੱਤਾ, ਸਮਝ ਲਓ ਇਹਨੂੰ ਰੱਬ ਨਾਲ ਪ੍ਰੇਮ ਹੋ ਗਿਆ। ਰੰਗ ਦੇ ਕੋਈ ਅੱਖਰ ਦੂਸਰੇ ਨਹੀਂ, ਅਖੋ ਵਾਹਿਗੁਰੂ। ਅਸੀਂ ਸੋਚਦੇ ਹਾਂ ਵੀ ਰੰਗ ਦਾ ਕਹਾਣੀ ਕੋਈ ਹੋਰ ਹੈ। ਜਿਹੜਾ ਬੰਦਾ ਸਾਰਾ ਦਿਨ ਜਿਹੜੀ ਚੀਜ਼ ਦਾ ਨਾਂ ਲੈਂਦਾ, ਸਮਝ ਲਓ ਉਹਨੂੰ ਉਸ ਚੀਜ਼ ਨਾਲ ਵੇਖਿਆ। ਪੈਸੇ ਵਾਲੇ ਮਨਮੁੱਖ ਧਿਆਨ ਦਿਓ, ਮਨਮੁੱਖ ਮਾਇਆ ਮਾਇਆ, ਇਤਨਾ ਗੁਰਬਾਣੀ ਲਿਖੀ ਜੀ। ਮਨਮੁੱਖ ਬੋਲੋ ਕੀ ਕਰਦਾ ਰਹਿੰਦਾ ਮਨਮੁੱਖ ਜੀ, ਉਹਨੂੰ ਮਾਇਆ ਨਾਲ ਪਿਆਰ ਆ ਤਾਂ ਸਾਰਾ ਦਿਨ, ਇੱਕ ਨੂੰ ਪੁੱਤ ਨਾਲ ਪਿਆਰ ਆ। ਉਹ ਜਿੱਥੇ ਵੀ ਬੈਠਾ ਕਹਾਣੀ ਛੇੜਦਾ ਹੈ, ਆਖੋ ਵਾਹਿਗੁਰੂ। ਉਹ ਜਦੋਂ ਵੀ ਗੱਲ ਕਰੂਗਾ ਆਪਣੇ ਪੁੱਤ ਦੀ ਕਰੂ, ਕਿਉਂਕਿ ਉਹਨੂੰ ਪ੍ਰੇਮ ਪੁੱਤ ਨਾਲ ਆ। ਕਿਸੇ ਨੂੰ ਦੌਲਤ ਨਾਲ ਹੈ, ਉਹ ਦੌਲਤ ਦੀ ਗੱਲ ਛੇੜਦਾ। ਕਿਸੇ ਨੂੰ ਪਦਵੀ ਦੀ ਗੱਲ ਹੈ, ਉਹ ਪਦਵੀ ਦੀ ਗੱਲ ਕਰਦਾ ਹੈ। ਜਿਹਨੂੰ ਰੱਬ ਨਾਲ ਪ੍ਰੇਮ ਹੈ, ਉਹ ਸਾਰਾ ਦਿਨ ਵਾਹਿਗੁਰੂ 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 ਨਾਲ ਪਿਆਰ ਭਲਾ। ਚੰਗੀ ਤਰ੍ਹਾਂ ਪਕੜ ਲਿਆ ਅੱਗੇ ਮੈਂ ਤੁਰਾਂ, ਰੰਗ ਮੀਲ ਬੋਲੋ, ਸਾਰੇ ਬੋਲੋ ਪ੍ਰੇਮ ਪਿਆਰ। ਆਪਣੇ ਪਿਰ ਕੇ ਰੰਗ ਰਤੀ ਹੋਈਏ, ਸ਼ੋਭਾਵੰਤੀ ਸ਼ਾਬਾਸ਼, ਸ਼ੋਭਾਵੰਤੀ ਮੁਈਏ। ਜਿਸ ਤਰ੍ਹਾਂ ਆਪਾਂ ਨਿੱਕੀ ਜਿਹੀ ਕੁੜੀ ਨੂੰ ਕਹਿੰਦੇ ਨਾ ਮੁਈਏ, ਇਸ ਤਰ੍ਹਾਂ ਨਹੀਂ ਕਰੀਦਾ। ਮੇਰਾ ਬਾਬਾ ਕਹਿੰਦਾ ਤੂੰ ਆਪਣੇ ਪਤੀ ਦੇ ਪ੍ਰੇਮ 'ਚ ਰੰਗੀ ਗਈ ਹੈ, ਅਤੇ ਮੈਂ ਤੈਨੂੰ ਕਹਿੰਦਾ ਸ਼ੋਭਾਵੰਤੀ ਨਾਰੇ, ਸ਼ੋਭਾਵੰਤੀ ਮੇਰੀਆਂ ਨਜ਼ਰਾਂ 'ਚ ਤੇਰੀ ਬੜੀ ਸ਼ੋਭਾ ਹੈ, ਵਡਿਆਈ ਹੈ। ਮੈਂ ਤੈਨੂੰ ਉਸ ਨਜ਼ਰ ਨਾਲ ਵੇਖਦਾ, ਤੂੰ ਬੀਬੀ ਧੀ ਹੈ, ਕਿਉਂ ਤੂੰ ਪ੍ਰੇਮ ਕਰ ਰਹੀ ਆਪਣੇ ਪਤੀ ਪਰਮੇਸ਼ੁਰ ਨਾਲ। ਕਿਹਦੇ ਨਾਲ ਜੀ? ਆਪਣੇ ਪਿਰ ਕੇ ਰੰਗ ਰਾਤੀ ਮੁਈਏ, ਸ਼ੋਭਾਵੰਤੀ ਨਾਰੇ। ਬੋਲੋ ਸ਼ੋਭਾ, ਤੂੰ ਸ਼ੋਭਾਵੰਤੀ ਹੈ, ਤੇਰੇ 'ਤੇ ਆਪਣੇ ਪ੍ਰੀਤਮ ਪਿਆਰੇ ਦਾ ਰੰਗ ਚੜ੍ਹਿਆ ਹੈ, ਪ੍ਰੇਮ ਦਾ ਜਾਦੂ ਤੇਰੇ 'ਤੇ ਛਾ ਗਿਆ ਹੈ। ਤੂੰ ਉੜਦੀ ਬਹਿੰਦੀ ਸੌਂਦੀ
ਉਸ ਬਾਲਕ ਨੂੰ ਯਾਦ ਕਰਦੀ ਹੈ, ਤੂੰ ਭਾਗਾਂ ਵਾਲੀ ਹੈ। ਆਖੋ ਵਾਹਿਗੁਰੂ। ਸ਼ਬਦ ਬੜੇ ਪਿਆਰੇ ਜੇ, ਹਰ ਨਾਮਾ ਹਰ ਰੰਗ ਹੈ, ਨੰਗੇ ਨਾਲ ਨੰਗੇ ਨਾਲ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ। ਜਿਹੜਾ ਹਰੀ ਦਾ ਰੰਗ ਹੈ ਨਾ, ਦੋ ਤਰ੍ਹਾਂ ਦਾ ਰੰਗ ਆ, ਕਿਹੜਾ ਕਿਹੜਾ? ਸ਼ਾਬਾਸ਼ ਸ਼ਾਬਾਸ਼। ਇੱਕ ਦਾ ਨਾਮ ਹੈ ਕੁਸੁੰਬਾ ਰੰਗ, ਜਿਹੜਾ ਕੱਚਾ ਰੰਗ ਆ। ਆਖੋ ਵਾਹਿਗੁਰੂ। ਇੱਕ ਮਿੰਟ 'ਚ ਚੜ੍ਹਦਾ ਅਤੇ ਇੱਕ ਰੰਗ ਇੱਕ ਮਿੰਟ 'ਚ ਹੀ। ਮਾਇਆਧਾਰੀ ਦਾ ਰੰਗ ਕਿਹੜਾ ਹੈ? ਮੰਨਦੇ ਵੀ ਉਹ, ਮਤਲਬ ਛੱਡਦੇ ਨਹੀਂ ਵੀ ਇਹ ਰੰਗ ਮਾਇਆ ਕਾ ਰੰਗ। ਬੋਲੋ ਹੌਲੀ, ਉਹ ਨਾਲ ਮਿਲੋ ਨਾ ਮੇਰੇ, ਮਾਇਆ ਕਾ ਰੰਗ। ਬੋਲੋ ਸਭ ਫਿੱਕਾ ਚੜਾਉਣਾ ਜੇ ਫਿੱਕਾ ਰੰਗ, ਰਾਤ ਦਿਨ ਭੱਜਾ ਫਿਰਦਾ ਇਨਸਾਨ ਕਾਹਦੇ ਲਈ? ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ, ਜਾਤੋ ਨਿਦਾਨ ਦਾ ਕੀ ਮਤਲਬ ਕਰੋਗੇ? ਨਹੀਂ, ਜੇ ਧੱਦੇ ਨਾਲ ਹੁੰਦਾ ਤਾਂ ਤੁਹਾਡੇ ਵਾਲਾ ਅਰਥ ਬਣਨਾ ਸੀ ਖਜ਼ਾਨਾ, ਦੱਦੇ ਨਾਲ ਆ। ਤਿਆਗ ਜਹਾਨ ਨਿਦਾਨ ਚੱਲੇਂਗੇ, ਉਹ ਨਿਦਾਨ। ਹੇ ਮੂਰਖਾ ਹੇ ਬੱਚਿਆ, ਇਹ ਮਾਇਆ ਦਾ ਰੰਗ ਜਿਹੜਾ ਹੈ ਸਭ ਫਿੱਕਾ ਹੈ। ਬੋਲੋ ਨਾ ਗੁਰੂ ਕੇ ਸਿੱਖੋ, ਇਹ ਮਾਇਆ ਦਾ ਰੰਗ, ਇਹ ਜਾਤੋ ਬਿਨਸ ਨਿਦਾਨ। ਹੇ ਮੂਰਖਾ ਹੇ ਬੱਚਿਆ, ਇਹ ਰੰਗ ਸਾਰਾ ਇੱਕ ਮਿੰਟ 'ਚ ਚੜ੍ਹਦਾ ਅਤੇ ਇੱਕ ਮਿੰਟ 'ਚ ਹੀ। ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ। ਤੁਹਾਡੇ ਚੋਂ ਜਿਹਨਾਂ ਜਿਹਨਾਂ ਨੂੰ ਪਤਾ ਵਾ ਕਦੀ ਮੰਜੀ ਡਾਹੀ ਹੋਣੀ ਦਰਖਤ ਥੱਲੇ, ਡਾਹੀ ਕਦੀ ਦਰਖਤ ਥੱਲੇ ਮੰਜੀ ਡਾਹ ਕੇ ਸੁੱਤੇ ਹੋ ਥੋੜ੍ਹਾ ਚਿਰ, ਕਦੀ ਕੀ ਹੁੰਦਾ ਫਿਰ? ਉਹ ਮਾਇਆ ਦੀ ਛਾਂ ਜਿਹੜੀ ਦਰਖਤ ਦੀ ਛਾਂ ਵਾ, ਚੇਂਜ ਹੁੰਦੀ ਰਹਿੰਦੀ, ਬਦਲਦੀ ਰਹਿੰਦੀ ਕਿ ਨਹੀਂ? ਬੋਲੋ। ਇਹਦਾ ਪ੍ਰਮਾਣ ਦਿੱਤਾ ਹੈ ਗੁਰੂ ਸਾਹਿਬ ਨੇ, ਜਿਹੜੇ ਬਿਰਖ ਦੀ ਛਾਂ ਦੇ ਥੱਲੇ ਮੰਜਾ ਡਾਹ ਕੇ ਕਹਿੰਦੇ ਨਾ ਆਹ ਇਹਨੇ ਤਾਂ ਹੁਣ ਕਿਤੇ ਨਹੀਂ ਜਾਣਾ, ਮੂਰਖ ਨੇ। ਜਿਹੜੇ ਮਾਇਆ ਕਮਾ ਕੇ ਕਹਿੰਦੇ ਨਾ ਮਾਇਆ ਨੇ ਹੁਣ ਕਿਤੇ, ਬੋਲੋ, ਜਾਣਾ ਨਹੀਂ। ਆਖੋ ਵਾਹਿਗੁਰੂ। ਮੂਰਖ ਨੇ। ਆਪਣੇ ਜੀਵਨ ਵੱਲ ਵੇਖੋ, ਕਦੀ ਬਚਪਨ ਸੀ, ਵੇਖੋ ਧਿਆਨ, ਕਦੀ ਰਿਹਾ? ਜਿਤਨਾ ਦਰਖਤ ਦੀ ਛਾਂ ਚੇਂਜ ਹੁੰਦੀ ਰਹਿੰਦੀ, ਉਤਨਾ ਹੀ ਉਮਰ ਵੀ ਚੇਂਜ ਹੋ ਗਈ। ਮਗਰ ਇਹਦੇ ਨਾਲ ਯੋਰੀ ਪਾ ਕੇ, ਯਾਰੀ ਪਾ ਕੇ ਬੈਠਾ ਹੈ। ਬਿਰਖ ਕੀ ਛਾਇਆ ਸਿਉਂ ਰੰਗ ਬਣੇ, ਪਿਆਰ ਪਾ ਕੇ ਬੈਠਾ ਹੈ ਉਸ ਚੀਜ਼ ਨਾਲ ਜਿਹੜੀ ਬਦਲਦੀ ਰਹਿੰਦੀ, ਜਿਹੜੀ ਬਚਪਨ ਤੋਂ ਜਵਾਨੀ ਆ ਗਈ, ਹੁਣ ਅੰਨਾ ਹੋ ਗਿਆ, ਕਹਿੰਦਾ ਜਵਾਨੀ ਤਾਂ ਕਿਤੇ ਜਾਣੀ ਨਹੀਂ। ਸਾਨੂੰ ਪੁੱਛ ਕੇ ਵੇਖੋ, ਇਹਨਾਂ ਨੂੰ ਪੁੱਛੋ, ਮੈਨੂੰ ਪੁੱਛੋ। ਇਹ ਦੋ ਸਟੈਪ ਪੌੜੀਆਂ ਦੇ ਚੜ੍ਹਨੇ ਨੇ ਅਤੇ ਹੱਥ ਪਾ ਕੇ ਚੜ੍ਹਨੇ ਪੈਂਦੇ, ਜੇ ਹੱਥ ਪਾਉਣ ਨੂੰ ਜਗ੍ਹਾ ਨਾ ਹੋਵੇ ਚੜ੍ਹ ਨਹੀਂ ਸਕਦੇ। ਇਸ ਤਰ੍ਹਾਂ ਹੀ ਆ ਜੀ। ਬੋਲੋ ਗੁਰੂ ਕੇ ਸਿੱਖੋ। ਆਖੋ ਵਾਹਿਗੁਰੂ। ਕਿੱਧਰ ਗਈ ਉਹ ਜਵਾਨੀ? ਤੈਨੂੰ ਤਾਂ ਉਹ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਦਰਖਤ ਦੀ ਸ਼ਾਮ ਆ, ਇਹਦੇ ਨਾਲ ਪਿਆਰ ਨਾ ਕਰੀ, ਇਹ ਬਦਲ ਜਾਣੀ, ਇਹ ਚੇਂਜ ਹੋ ਜਾਣੀ। ਅੱਜ ਕਿੰਨਾ ਪੁਕਾਰ ਪੁਕਾਰ ਕੇ ਆਪਾਂ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਬਾਣੀ ਕਹਿੰਦੀ, ਬੰਦਿਆ ਮਾਇਆ ਨਾਲ ਪਿਆਰ ਨਾ ਕਰੀ, ਮਾਇਆ ਬਦਲ ਜਾਣ ਵਾਲੀ ਕਹਾਣੀ ਹੈ। ਮਗਰ ਪਾਗਲ ਹੋ ਗਿਆ ਪਿੱਛੇ। ਆਖੋ ਵਾਹਿਗੁਰੂ। ਰੱਜ ਕੇ ਬੋਲੋ ਨਾ, ਸੋਹਣੀ ਤਰ੍ਹਾਂ ਫੜੋ ਅਤੇ ਇਹਨੂੰ ਚਿੱਥੋ,
ਇੱਕ ਕਥਾ ਹੁੰਦੀ, ਤੁਹਾਡੇ ਕੋਲ ਚੌਂਕੜਾ ਨਹੀਂ ਵੱਜਦਾ ਜੀ ਪੀਲੀ ਪੱਗ ਵਾਲਿਆਂ ਕੋਲ ਵੱਜਦਾ ਨਹੀਂ? ਅੱਛਾ, ਫਿਰ ਕੋਈ ਗੱਲ ਨਹੀਂ, ਅੱਖ ਵਾਹਿਗੁਰੂ ਗੱਜ ਕੇ ਬੋਲੋ। ਕਈ ਵਾਰ ਐਸਾ ਹੁੰਦਾ ਵੀ ਆਪਾਂ ਕਥਾ ਸੁਣਨ ਆਉਂਦੇ ਹਾਂ, ਮੈਂ ਕੱਲ੍ਹ ਵੀ ਕਿਹਾ ਸੀ ਵੀ ਅਸੀਂ ਇੱਕ ਘੰਟਾ ਬਹਿਣਾ ਹੈ, ਚਲੋ ਭਾਗਾਂ ਵਾਲੇ ਹੋ ਇੱਥੇ ਆਣ ਕੇ ਬਹਿੰਦੇ ਵੀ ਹੋ ਅਤੇ ਤਾਂ ਵੀ ਕੁਝ ਲੈ ਕੇ ਹੀ ਜਾਣਾ ਹੈ, ਅੱਖ ਵਾਹਿਗੁਰੂ ਤਾਂ ਵੀ ਕੁਝ ਲੈ ਕੇ ਜਾਣਾ। ਮਗਰ ਜੇ ਕਦੇ ਤੁਸੀਂ ਇਹਨਾਂ ਸ਼ਬਦਾਂ ਨੂੰ ਪਕੜੋ, ਉਹਦੇ ਮੁਤਾਬਕ ਜੀਵਨ ਚੇਂਜ ਕਰ ਲਓ ਆਪਣਾ, ਬਿਰਖ ਦੀ ਛਾਂ ਬਦਲਦੀ ਆ, ਇਹਦੀ ਛਾਂ ਇੱਕ ਰਸ ਰਹਿੰਦੀ, ਜਿਹੜਾ ਇਹਦਾ ਸੁੱਖ ਆ ਨਾ, ਜੇ ਲੋੜੇ ਬੋਲੋ, ਲੋੜੇ ਜੇ ਲੋੜੇ ਸਦਾ ਸੁੱਖ ਪਾਈ, ਇੱਕ ਵਾਰ ਉੱਚੀ ਬੋਲੋ, ਜੇ ਲੋੜੇ ਪਤਾ ਲੱਗ ਗਿਆ ਹੁਣ ਅਰਥ ਦਾ ਕਰ ਲਓਗੇ ਨਾ ਮੇਰੀਆਂ ਭੈਣਾਂ, ਵੀ ਜੇ ਮੇਰਿਆ ਭਰਾਵਾ ਸਦਾ ਰਹਿਣ ਵਾਲੇ ਸੁੱਖ ਨੂੰ ਤੂੰ ਲੋਚਦਾ ਹੈ ਤੇ ਉਹ ਮਾਇਆ 'ਚ ਨਹੀਂ ਹੋ, ਨੋਟ ਕਰ ਲਈ, ਉਹ ਪਦਵੀ 'ਚ ਨਹੀਂ ਹੋ, ਅੱਖ ਵਾਹਿਗੁਰੂ ਗੱਜ ਕੇ ਬੋਲੋ, ਉਹ ਨਾ ਮਾਇਆ 'ਚ ਨਾ ਜਵਾਨੀ 'ਚ ਨਾ ਪਦਵੀ 'ਚ। ਆਖਿਆ ਜੀ ਦੱਸੋ ਨਾ, ਅੱਜ ਸੰਗਤ ਬੈਠੀ ਆ ਗਰੀਬ ਨਵਾਜ ਸੁੱਖ ਸਾਗਰ ਗੁਰਦੁਆਰੇ 'ਚ, ਤੁਸੀਂ ਕਿਰਪਾ ਕਰੋ ਆਪਣੀ ਰਸਨਾ ਤੋਂ ਕਹਿ ਦਿਓ ਉਹ ਸੁੱਖ ਕਿੱਥੇ ਆ ਜਿਹੜਾ ਬਿਨਸਦਾ ਨਹੀਂ। ਤੁਸੀਂ ਕਹਿੰਦੇ ਹੋ ਜੇ ਲੋੜੇ ਸਦਾ ਸੁੱਖ ਪਾਈ, ਅਤੇ ਮੇਰਾ ਬਾਪੂ ਅੱਗੋਂ ਕਹਿੰਦਾ ਸਾਧੂ ਸੰਗਤ ਗੁਰੇ ਬਤਾਈ, ਬੋਲੋ ਗੁਰੂ ਨੇ ਕੀ ਬਤਾਇਆ? ਸੰਗਤ ਵਿੱਚ ਬਹਿ, ਇਹ ਜਿਹੜਾ ਸੰਗਤ ਦਾ ਸੁੱਖ ਆ ਨਾ, ਇਹ ਵਿਨਾਸ਼ ਨਹੀਂ ਹੁੰਦਾ ਅਤੇ ਨਾ ਬਦਲਦਾ ਹੈ। ਜਿਹਨਾਂ ਜਿਹਨਾਂ ਨੇ ਸਤਸੰਗਤ ਕੀਤੀ ਹੈ ਨਾ, ਅੱਖ ਵਾਹਿਗੁਰੂ, ਉਹਨਾਂ ਨੇ ਬੜੇ ਪਿਆਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਦੇ ਦਿੱਤੇ ਨੇ, ਸਤਸੰਗਤ ਮਿਲ ਰਹੀਏ ਮਾਧੋ ਜੈਸੇ ਮਧੁਪ ਮੱਖੀ ਦਾ, ਜੈਸੇ ਜਿਤਨਾ ਮਧੂ ਮੱਖੀਆਂ ਮੂੰਹ ਜੋੜ ਕੇ ਬਹਿੰਦੀਆਂ ਅਤੇ ਇੱਕ ਇੱਕ ਮੂੰਹ ਜੋੜਦੀ ਮਧੂ ਮੱਖੀ ਸ਼ਹਿਦ ਦਾ ਛੱਤਾ ਬਣਾ ਲੈਂਦੀ, ਉਹ ਛੱਤਾ ਫਿਰ ਚੋਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਮੂੰਹ ਜੋੜ ਕੇ ਜਦੋਂ ਸਤਸੰਗਤ ਵਿੱਚ ਵਾਹਿਗੁਰੂ 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 ਜਿੰਦੇ ਰਹੋ, ਵਾਹਿਗੁਰੂ 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 ਯੂਗਰੋ ਵਾਹਿਗੁਰੂ 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 ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ। ਪਿੱਛੇ ਮੁੰਡ ਨਹੀਂ ਨਾ ਸੋਚਿਆ ਕਰੋ, ਅਰਦਾਸ ਕਰੋ ਮਹਾਰਾਜ ਇਤਨਾ ਹੀ ਕਰਦੇ ਆ ਜ਼ਿੰਦਗੀ ਪੂਰੀ ਹੋ ਜੇ। ਸਤਨਾਮ ਸ੍ਰੀ
ਵਾਹਿਗੁਰੂ ਕੀ ਆਖਿਆ ਜੀ? ਜੇ ਲੋੜੇ ਸਦਾ ਕਿਹੜੀ ਜਗ੍ਹਾ ਦਾ ਅਡਰੈਸ ਦਿੱਤਾ ਜੀ? ਸਾਧੂ ਸੰਗਤ ਗੁਰੇ, ਮਤਲਬ ਗੁਰੂ ਨੇ ਦੱਸੀ ਆਪਣੀ ਰਸਨਾ ਤੋਂ, ਜੇ ਸਦਾ ਸੁਖੀ ਹੋਣਾ ਚਾਹੁੰਦਾ ਤਾਂ ਕਿੱਥੇ ਜਾਇਆ ਕਰ? ਸਤ ਸੰਗਤ ਕਰਿਆ ਕਰ। ਆਖਿਆ ਜੀ ਉੱਥੇ ਕੀ ਦਵਾਈ ਵੰਡੀ ਜਾਂਦੀ ਸੁੱਖਾਂ ਦੀ? ਹਸਪਤਾਲ ਦੇ ਵਿੱਚ ਤਾਂ ਢਿੱਡ ਪੀੜ ਹੁੰਦੀ ਹੋਵੇ, ਆਖੋ ਵਾਹਿਗੁਰੂ, ਅਤੇ ਉਹ ਗੋਲੀ ਦਿੰਦੇ ਨੇ ਵੀ ਆਹ ਮੈਡੀਸਨ ਲੈ ਲਾ, ਤੇਰੀ ਢਿੱਡ ਪੀੜ ਹਟ ਜਾਊਗੀ। ਇੱਥੇ ਦੁੱਖ ਮਿਟਾਉਣ ਦੀ ਕੀ ਦਵਾਈ ਆ? ਅਤੇ ਗਰੀਬ ਨਵਾਜ ਨੇ ਅਗਲੇ ਸ਼ਬਦ ਵਰਤੇ ਨੇ, ਊਹਾਂ ਜਪੀਏ ਕੇਵਲ ਨਾਮ। ਇੱਥੇ ਕਿਸੇ ਦੀ ਚੁਗਲੀ ਨਹੀਂ ਹੁੰਦੀ, ਕਰ ਰਹੇ ਹੋ ਕਿਸੇ ਦੀ? ਬੋਲੋ, ਜਿੰਨੀਆਂ ਮੇਰੀਆਂ ਧੀਆਂ ਬੈਠੀਆਂ ਜੇ, ਵੀਰ ਬੈਠੇ ਹੋ ਗੁਰਸਿੱਖ, ਇੰਨੇ ਕੁ ਬੰਦੇ ਆਪਾਂ ਕਿਤੇ ਕਿਸੇ ਹਾਲ ਵਿੱਚ ਬੈਠੇ ਹੋਈਏ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ ਅਤੇ ਕੁਰਸੀਆਂ ਡਟੀਆਂ ਹੋਣ, ਕਿਤਰਾ ਰਹਿ ਜੂ ਕੋਈ ਕਿਸੇ ਦੀ ਚੁਗਲੀ ਨਾ ਕਰੇ? ਇਤਰਾ ਹੀ ਹੈ ਜੀ। ਕਿਤਰਾ ਰਹਿ ਜੂ ਕੋਈ ਕਿਸੇ ਦੀ ਬੁਰਿਆਈ ਨਾ ਕਰੇ, ਕਿਸੇ ਵੱਲ ਵੇਖ ਕੇ ਮੂੰਹ ਨਾ ਚੜਾਵੇ? ਪਕੜ ਰਹੇ ਹੋ? ਕਿਸੇ ਵੱਲ ਵੇਖ ਕੇ ਮੂੰਹ ਨਾ ਚੜਾਵੇ, ਹੋ ਸਕਦਾ? ਕਿਸੇ ਦੇ ਕੋਈ ਸੂਟ ਵੱਲ ਵੇਖ ਕੇ ਮੂੰਹ ਚੜਾਊ, ਕਿਸੇ ਦੇ ਕੜੇ ਵੱਲ ਵੇਖ ਕੇ ਮੂੰਹ ਚੜਾਊ, ਕਿਸੇ ਦੀ ਘੜੀ ਵੱਲ ਵੇਖ ਕੇ ਮੂੰਹ ਚੜਾਊ? ਹੋਣਾ ਹੈ ਕਿ ਨਹੀਂ? ਬੋਲੋ, ਇੱਥੇ ਕਿਉਂ ਨਹੀਂ ਹੋ ਰਿਹਾ? ਉਹ ਕੰਟਰੋਲ ਕਰਨ ਵਾਲਾ ਬੈਠਾ ਚੌਰ ਹੋ ਰਿਹਾ ਉੱਤੇ, ਉਹਨੇ ਹਰ ਇੱਕ ਦੀ ਰੂਹ ਨੂੰ ਸਗਲ ਸਮੱਗਰੀ ਤੁਮਰੇ ਸੂਤਰ, ਉਹਨੇ ਸੂਤਰ ਵਿੱਚ ਫਕੜਿਆ ਭਾਈ ਇੱਥੇ ਬਹਿ ਕੇ ਨਹੀਂ, ਊਹਾਂ ਜਪੀਏ ਇੱਥੇ ਤੇ ਕੇਵਲ ਵਾਹਿਗੁਰੂ 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 ਆਖੋ ਸਤਨਾਮ ਸਿੰਘ। ਫਿਰ ਉੱਥੇ ਆਓ, ਫਿਰ ਉੱਥੇ ਆਓ, ਬਿਰਖ ਕੀ ਛਾਇਆ ਸਿਓ। ਸੁਖਮਨੀ ਸਾਹਿਬ ਤੁਹਾਨੂੰ ਜ਼ਿਆਦਾ ਕੰਠਮ, ਤਾਂ ਕਰਕੇ ਸੁਖਮਨੀ ਸਾਹਿਬ ਦੇ ਬਚਨ ਪੜ੍ਹ ਰਹੇ ਹਾਂ। ਮੇਰੀ ਰੀਹ ਜਾ ਕਿਤੇ ਗੁਰੂ ਕਾ ਸਿੱਖ ਆਸਾ ਕੀ ਵਾਰ ਦਾ ਪਾਠੀ ਬਣੇ ਆ। ਤੁਸੀਂ ਘਰਾਂ ਵਿੱਚ ਕਦੀ ਆਸਾ ਕੀ ਵਾਰ ਦੀ ਪਾਠ ਨਹੀਂ ਕਰਦੇ? ਕਦੀ ਕਰਦੀਆਂ ਹੋਣਗੀਆਂ ਕੋਈ ਕਰਮਾਂ ਵਾਲੀਆਂ ਰੂਹਾਂ, ਉਹ ਕੀਰਤਨ ਕਰਦੀਆਂ ਜਿਤਨਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਲੋਕ ਕਰਦੇ ਨੇ। ਪਕੜ ਰਹੇ ਹੋ ਮੇਰੇ ਬਚਨ ਨੂੰ? ਉਤਰਾ ਸ੍ਰੀ ਆਸਾ ਕੀ ਵਾਰ ਦਾ ਪਾਠ ਨਹੀਂ ਲੋਕ ਕਰਦੇ, ਜ਼ਰੂਰੀ ਸੀ। ਜਿਸ ਬਾਪੂ ਦਾ ਤੁਸੀਂ 550 ਸਾਲਾਂ ਮਨਾਉਣ ਲੱਗੇ ਹੋ ਨਾ, ਆਖੋ ਵਾਹਿਗੁਰੂ। ਮੈਂ ਇਹਨਾਂ ਨੂੰ ਬੇਨਤੀ ਕਰੂੰ ਪ੍ਰਬੰਧਕਾਂ ਨੂੰ ਵੀ, ਇੱਥੇ ਲੜੀਵਾਰ ਗੁਰੂ ਨਾਨਕ ਸਾਹਿਬ ਦੇ 550 ਸਾਲੇ 'ਤੇ ਆਸਾ ਕੀ ਵਾਰ ਦੀ ਕਥਾ ਕਰਾਓ। ਕਿਤੇ ਮੇਰੀਆਂ ਧੀਆਂ ਦੇ ਕੰਨਾਂ 'ਚ ਇਹ ਗੱਲ ਪਵੇ, ਜੇਕਰ ਸੂਤਕ ਮੰਨੀਏ, ਪਤਾ ਲੱਗ ਰਿਹਾ ਜੀ ਚੰਬੜਿਆ ਕਿ ਨਹੀਂ ਸਾਨੂੰ ਸੂਤਕ ਪਾਤ, ਚੰਬੜਿਆ ਕਿ ਨਹੀਂ? ਬੋਲੋ ਜੀ, ਇਹਨਾਂ ਦੇ ਘਰੋਂ ਰੋਟੀ ਨਹੀਂ ਖਾਣੀ, ਇਹਨਾਂ ਦੇ ਘਰ ਸੂਤਕ ਆਇਆ ਹੈ, ਇਹ ਚੰਬੜਿਆ ਕਿ ਨਹੀਂ? ਬੋਲੋ ਨਾ ਬੱਚੀ ਹੋ, ਗੁਰਸਿੱਖੋ, ਇਹ ਸਾਨੂੰ ਭੂਤਨਿਆਂ ਨੂੰ ਗੱਲ ਚੰਬੜੀ ਆ ਕਿ ਨਹੀਂ? ਜੇ ਕਿਤੇ ਕੋਈ ਕਥਾ ਕਰੇ
ਤੇ ਇਹਦੇ ਬਾਰੇ ਸੁਣਾਵੇ ਵੀ ਇੱਕ ਰਾਜੇ ਨੇ ਆਖੋ ਵਾਹਿਗੁਰੂ 51 ਪੰਡਤਾਂ ਦੀ ਰੋਟੀ ਕੀਤੀ ਸੀ। ਜਿੱਦਣ ਰੋਟੀ ਖਾਣ ਦਾ ਸਮਾਂ ਆਇਆ ਆਖੋ ਵਾਹਿਗੁਰੂ, ਉਦਣ ਰਾਜੇ ਦੇ ਘਰ ਪੁੱਤਰ ਹੋ ਪਿਆ। ਹਾਜ਼ਰ ਹੋ ਪਕੜ ਰਹੇ ਹੋ ਰਾਜੇ ਦੇ ਘਰ, ਕਿਸੇ ਨੇ ਜਾ ਕੇ ਕਹਿ ਦਿੱਤਾ ਪੰਡਿਤ ਜੀ ਜਿਨ੍ਹਾਂ ਦੇ ਘਰ ਤੁਸੀਂ ਰੋਟੀ ਖਾਣ ਚੱਲੇ ਹੋ ਉਹਨਾਂ ਦੇ ਘਰ 'ਤੇ ਅੱਜ ਮੁੰਡਾ ਹੋਇਆ, ਸੂਤਕ ਵਾਲੇ ਘਰੋਂ ਰੋਟੀ ਖਾ ਲਓਗੇ? ਉਹ ਸਮਝ ਰਹੇ ਹੋ ਗੁਰੂ ਕੇ ਸਿੱਖੋ ਮੈਂ ਕਿਉਂ ਇਹ ਬਚਨ ਕਰ ਰਿਹਾ। ਇਹ ਸੀ ਮਿੱਟੀ ਧੁੰਦ ਅਤੇ ਜੱਗ ਚਾਨਣ ਹੋਆ, ਜਿਹਨੂੰ ਤੁਸੀਂ ਪਤਾ ਨਹੀਂ ਦੁਨਿਆਵੀ ਧੁੰਦ ਨਾਲ ਜੋੜ ਲਿਆ ਵੀ ਉਹ ਧੁੰਦ ਪਈ। ਇਹ ਸੀ ਮਨੁੱਖਤਾ ਦੀ ਫਿਤਰਤ ਵਿੱਚ ਸੋਚ ਵਿੱਚ ਕੀ ਪਈ? ਧੁੰਦ ਪਈ, ਜਿਹਨੂੰ ਆਣ ਕੇ ਮੇਰੇ ਗੁਰੂ ਨਾਨਕ ਨੇ ਮਿਟਾਇਆ। ਆਖੋ ਵਾਹਿਗੁਰੂ, ਜੋ ਕਰ ਸੂਰਜ ਤਾਰੇ ਛਪੇ। ਇਹ ਸੂਰਜ ਸੀ ਗਿਆਨ ਦਾ। ਜਦੋਂ ਉਹਦੇ ਘਰ ਰੋਟੀ ਖਾਣ ਦਾ ਸਮਾਂ ਆਇਆ ਤੇ ਪੰਡਤਾਂ ਨੂੰ ਕਿਸੇ ਨੇ ਕਹਿਤਾ ਉਧਰ ਤੇ ਸੂਤ ਕੇ, ਪੰਡਤਾਂ ਨੇ ਜਵਾਬ ਦਿੱਤਾ ਲੰਗਰ ਬਣਿਆ ਪਿਆ ਸੀ। ਆਖੋ ਵਾਹਿਗੁਰੂ। ਇਹ ਜਗ੍ਹਾ ਜਮੁਨਾ ਨਗਰ ਹਰਿਆਣੇ ਦੇ ਕੋਲ ਹੈ, ਕਪਾਲ ਮੋਚਨ ਇਸ ਜਗ੍ਹਾ ਦਾ ਨਾਮ ਹੈ ਜਿੱਥੋਂ ਦੀ ਇਹ ਕਥਾ ਹੈ। ਆਖੋ ਵਾਹਿਗੁਰੂ। ਕਿਹੜੀ ਜਗ੍ਹਾ ਇੱਕ ਹੋਰ ਬੋਲੋਗੇ? ਕਪਾਲ ਮੋਚਨ ਜਮੁਨਾ ਨਗਰ ਦੇ ਕੋਲ। ਇੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਕਿਸੇ ਨੇ ਆਣ ਕੇ ਆਖਿਆ ਵੀ ਪੰਡਿਤ ਮਹਾਰਾਜ ਰਾਜੇ ਦੇ ਘਰ ਹੋਇਆ ਪੁੱਤਰ, ਉਹਨਾਂ ਦਾ ਬਣਿਆ ਹੋਇਆ ਲੰਗਰ ਖਰਾਬ ਹੋ ਰਿਹਾ ਅਤੇ ਰਾਜੇ ਦੀ ਸੁਰਤ ਟੁੱਟੀ ਇਸ ਗੱਲੋਂ ਵੀ ਪੁੱਤ ਹੋਣਾ ਕੋਈ ਵਿਲੱਛਣ ਥੋੜ੍ਹਾ ਹੈ, ਇਹ ਤਾਂ ਖੁਸ਼ੀ ਦੀ ਕਹਾਣੀ ਆ। ਮਗਰ ਉਹਨਾਂ ਨੇ ਜੋੜ ਲਿਆ ਕਾਹਦੇ ਨਾਲ? ਸੂਤਕ ਦੇ ਨਾਲ। ਉਹ ਰੋਟੀ ਖਾਣ ਨਹੀਂ ਆਉਣ ਡੇ, ਮਹਾਰਾਜ ਉਹਨਾਂ ਦਾ ਲੰਗਰ ਭੰਗ, ਚੱਲ ਮਰਦਾਂ ਨੇ ਆਪਾਂ ਚੱਲਦੇ ਹਾਂ, ਆਪਾਂ ਛਕਦੇ ਹਾਂ। ਉੱਥੇ ਜਾ ਕੇ ਸਰਕਾਰ ਨੇ ਨਾਲੇ ਉਹਦਾ ਲੰਗਰ ਛਕਿਆ, ਨਾਲੇ ਸੰਗਤ ਨਾਲ ਖੜੀ, ਨਾਲੇ ਅਰਦਾਸ ਕੀਤੀ, ਨਾਲੇ ਇਹ ਸਲੋਕ ਉੱਥੇ ਉਚਾਰਿਆ ਪੰਡਤਾਂ ਦੇ ਸਾਹਮਣੇ ਬਹਿ ਕੇ ਵੀ ਪੰਡਿਤ ਜੀ ਜੇਕਰ ਸੂਤਕ ਮੰਨੀਏ। ਉੱਚੀ ਬੋਲੋ, ਆਉਂਦੀ ਨਹੀਂ ਬਾਣੀ, ਬੋਲੋ ਬੋਲਾ ਅਤੇ ਸਭ ਤੇ ਬੋਹੇ ਅਤੇ ਅੰਦਰ ਜੇਤੇ ਦਾਣੇ ਜੀਆਂ ਬਾਜਨਾ। ਪੰਡਿਤ ਜੀ ਕਿਹੜੇ ਜੀਵ ਦੀ ਗੱਲ ਕਰਦੇ ਹੋ ਵੀ ਉੱਥੇ ਪੈਦਾ ਹੋ ਗਿਆ ਅਤੇ ਸੂਤਕ ਹੋ ਗਿਆ? ਜਿਹੜਾ ਗੋਹਾ ਚੁੱਲ੍ਹੇ ਦੇ ਥੱਲੇ ਡਾਇਆ ਜੇ ਉਹਦੇ 'ਚ ਵੀ ਕੀੜੇ ਪੈਦਾ ਹੋਏ ਨੇ, ਜੇਤੇ ਦਾਣੇ ਅੰਨ ਕੇ। ਇਹ ਕਦੀ ਆਸਾ ਕੀ ਵਾਰ ਦਾ ਆਪਾਂ ਗਿਆਨ ਦਾ ਸੂਰਜ ਚੜਾਉਂਦੇ ਦੁਨੀਆਂ ਦੇ ਉੱਤੇ? ਗਊ ਬ੍ਰਾਹਮਣ ਕੋ ਕਰ ਲਾਵੋ, ਉੱਚੀ ਬੋਲੋ, ਗਊ ਬ੍ਰਾਹਮਣ ਕੋ ਕਰ ਮਿੰਜ ਟੈਕਸ, ਸ਼ਾਬਾਸ਼, ਕੀ ਲਾਓ ਟੈਕਸ? ਕਿਹਨੂੰ? ਗਊ ਨੂੰ। ਇਹਦੀ ਕਹਾਣੀ ਇਸ ਤਰ੍ਹਾਂ ਲਿਖੀ ਆ, ਮੈਂ ਆਪ ਜੀ ਨੂੰ ਤਾਂ ਬੇਨਤੀ ਕਰਦਾ ਵੀ ਕਿਤੇ ਹੋ ਕਰਕੇ ਅੱਗੇ ਬੜੀਆਂ ਸ਼ਤਾਬਦੀਆਂ ਮੈਂ ਵੀ ਵੇਖੀਆਂ ਅਤੇ ਤੁਸਾਂ ਵੀ ਵੇਖੀਆਂ, 300 ਸਾਲਾਂ ਵੀ ਵੇਖੀ ਆਪਾਂ ਖਾਲਸੇ ਦੀ ਵੇਖੀ ਨਾ। ਆਖੋ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਦਾ 300 ਸਾਲਾਂ ਸ਼ਹੀਦੀ ਪੁਰਬ ਵੇਖਿਆ ਹੈ, ਗੁਰੂ ਨਾਨਕ ਸਾਹਿਬ ਦਾ 500 ਸਾਲਾਂ ਵੇਖਿਆ ਹੈ ਸਾਡੀ ਉਮਰ ਵਾਲਿਆਂ। ਆਖੋ ਵਾਹਿਗੁਰੂ। ਗੁਰੂ ਰਾਮਦਾਸ ਜੀ ਦਾ ਵੇਖਿਆ ਹੈ, ਕੱਢਿਆ ਕੀ ਇੱਕ ਸਿੱਖ ਦੇ ਕਿਸੇ ਦੇ ਮਨ 'ਚ ਇਹ ਗੱਲ ਵਾਲੀ ਹੈ ਵੀ ਇੱਕ ਕਿਸੇ ਨੇ ਪੰਡਿਤ ਨੂੰ ਗਊ ਦਾਨ ਕਰਤੀ? ਆਹ ਨੋਟ ਕਰਿਓ, ਉਹ ਬੱਚੇ ਵਾਲੀ ਕਹਾਣੀ ਤੋਂ ਅੱਗੇ ਤੁਰੀਏ। ਇੱਕ ਪੰਡਿਤ ਨੂੰ ਕਿਸੇ ਨੇ ਗਊ ਦਾਨ ਕਰਤੀ, ਉਹਨੇ ਦਰਿਆ ਲੰਘਣਾ ਸੀ। ਕਿੰਨੇ ਪੰਡਿਤ ਨੇ ਅਤੇ ਗਾਂ ਨੇ, ਦਰਿਆ ਲੰਘਣਾ ਸੀ, ਉੱਥੇ ਇੱਕ ਬੇੜੀ ਪੈਂਦੀ ਸੀ। ਆਖੋ ਵਾਹਿਗੁਰੂ।
ਹੁਣ ਜਿੱਥੇ ਬੇੜੀ ਪੈਂਦੀ ਸੀ ਬੇੜੀ ਚਲਾਉਣ ਵਾਲਾ ਵੀ ਬ੍ਰਾਹਮਣ ਸੀ ਨਹੀਂ ਪਤਾ ਲੱਗਾ ਜਿਹੜਾ ਬੇੜੀ ਚਲਾਉਂਦਾ ਉਹ ਵੀ ਜਦੋਂ ਪੰਡਿਤ ਨੇ ਤੇ ਗਊ ਨੇ ਉੱਥੇ ਜਾ ਕੇ ਬੇੜੀ ਦੇ ਕੰਢੇ 'ਤੇ ਜਾ ਕੇ ਆਖਿਆ ਪੰਡਿਤ ਨੇ ਵੀ ਮੈਨੂੰ ਅਤੇ ਮੇਰੀ ਗਾਂ ਨੂੰ ਦਰਿਆਓਂ ਪਾਰ ਕਰ ਦੇ ਅਤੇ ਉਹਨੇ ਕਿਹਾ ਵੀ ਕਿਰਾਇਆ ਹੈਗਾ ਉਹਨੇ ਕਿਹਾ ਜੀ ਇਹ ਗਾਂ ਤਾਂ ਮੈਨੂੰ ਕਿਸੇ ਨੇ ਦਾਨ ਕੀਤੀ ਮੇਰੀ ਜੇਬ 'ਤੇ ਪੈਸੇ ਨਹੀਂ ਹੈਗੇ ਤੁਸੀਂ ਕਿਰਪਾ ਕਰਕੇ ਮੈਨੂੰ ਪਾਰ ਲੰਘਾ ਦਿਉ ਆਖੋ ਵਾਹਿਗੁਰੂ ਉਹਨੇ ਕਿਹਾ ਕਿਰਾਇਆ ਨਹੀਂ ਅਤੇ ਇੱਥੇ ਭੁੱਖੇ ਮਰੋ ਮੈਂ ਤੁਹਾਨੂੰ ਪਾਰ ਨਹੀਂ ਖੜਨਾ ਲਾਗੇ ਬੈਠਾ ਸੀ ਮੇਰਾ ਜਗਤ ਦਾ ਮਾਲਕ ਗੁਰੂ ਨਾਨਕ ਸਾਹਿਬ ਦੀਨ ਦੁਨੀਆਂ ਦਾ ਮਾਲਕ ਜੰਗਲ ਦੇ ਵਿੱਚ ਕੀਰਤਨ ਕਰਦਾ ਮਰਦਾਨਿਆ ਉਹ ਦੇਖ ਕੌਤਕ ਕੀ ਹੋ ਰਿਹਾ ਪਕੜ ਰਹੇ ਹੋ ਮਰਦਾਨਿਆ ਦੇਖ ਕੌਤਕ ਕੀ ਹੋ ਰਿਹਾ ਕੀ ਵੇਖਿਆ ਸ਼ਾਮ ਨੂੰ ਜਦੋਂ ਸ਼ਾਮ ਪੈ ਗਈ ਅਤੇ ਉਹ ਜਿਹੜਾ ਬਾਹਮਣ ਸੀ ਬੇੜੀ ਵਾਲਾ ਉਹਨੇ ਚੁੱਕ ਕੇ ਗਾਂ ਦਾ ਗੋਹਾ ਗੋਬਰ ਆਖੋ ਵਾਹਿਗੁਰੂ ਅਤੇ ਉਸ ਗੋਬਰ ਨੂੰ ਚੁੱਕ ਕੇ ਕੱਪੜੇ 'ਚ ਬੰਨ ਲਿਆ ਮੇਰਾ ਜਗਤ ਦਾ ਛਾਲ ਮਾਰ ਕੇ ਮਾਲਕ ਉੱਠਿਆ ਅਤੇ ਆ ਕੇ ਕਹਿੰਦਾ ਪੰਡਿਤ ਜੀ ਬ੍ਰਾਹਮਣ ਜੀ ਇਹ ਗੋਹਾ ਕਿਸ ਤਰ੍ਹਾਂ ਕਹਿੰਦੇ ਜੀ ਇਹਨੂੰ ਪੋਚਾ ਮਾਰ ਕੇ ਆਪਣਾ ਘਰ ਪਵਿੱਤਰ ਕਰਨਾ ਹੈ ਉੱਥੇ ਉਚਾਰੇ ਸ਼ਬਦ ਨੇ ਗਊ ਬ੍ਰਾਹਮਣ ਕੋ ਕਰ ਲਾਵੋ ਉਹ ਬ੍ਰਾਹਮਣ ਨੂੰ ਅਤੇ ਗਾਂ ਨੂੰ ਤੇ ਤੂੰ ਟੈਕਸ ਲਾ ਰਿਹਾ ਹੈ ਅਤੇ ਉਹਦੇ ਗੋਬਰ ਤਰਨ ਨਾ ਜਾਈ ਤੈਨੂੰ ਗੋਹਾ ਨਹੀਂ ਤਾਰ ਸਕਦਾ ਧੋਤੀ ਟਿੱਕਾ ਧਨ ਮਲੇਛਾ ਛੋਡੀ ਲੇ ਪਣਤਾ ਏ ਪਖੰਡ ਛੱਡ ਨਾਮ ਲਈਏ ਜਾਏ ਚਾਹੀਦਾ ਸੀ ਸਾਨੂੰ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸੁਣਦੇ ਤੁਸੀਂ ਵੇਖਿਆ ਜਦੋਂ ਗੁਰਦੁਆਰੇ 'ਚ ਆਸਾ ਕੀ ਵਾਰ ਹੁੰਦੀ ਹੈ ਭਾਈ ਸਾਹਿਬ ਕਰਦੇ ਹੋਗੇ ਇੱਥੇ ਵੀ ਕਰਦੇ ਹੋ ਕਿੰਨੀ ਕੁ ਸੰਗਤ ਹੁੰਦੀ ਕੀਰਤਨੀਆਂ ਕਹਿਣ ਡਏ ਨੇ ਵੀ ਕੋਈ ਨਹੀਂ ਹੁੰਦਾ ਕੋਈ ਦੋ ਚਾਰ ਪੰਜ ਆਖੋ ਵਾਹਿਗੁਰੂ ਆਸਾ ਕੀ ਵਾਰ ਸੁਣਨ ਦੀ ਰੀਝ ਸਾਡੇ ਅੰਦਰੋਂ ਮੁੱਕ ਗਈ ਹਾਂ ਜਿੱਦਣ ਕਦੇ ਸੁਖਮਨੀ ਸਾਹਿਬ ਕਿਤੇ ਰੱਖਿਆ ਹੋਵੇ ਆਖੋ ਵਾਹਿਗੁਰੂ ਉੱਥੇ ਇੱਕ ਦੂਸਰੇ ਨੂੰ ਆਪਾਂ ਬੁਲਾ ਕੇ 25-30 ਪ੍ਰਾਣੀ ਬਹਿ ਜਾਂਦੇ ਹਾਂ ਵੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉੱਥੇ ਹੋਣ ਲੱਗਾ ਹੈ ਗੁਰੂ ਕਿਹਾ ਸਿੱਖਾ ਬਾਣੀ ਪ੍ਰਤੀ ਸੁਚੇਤ ਹੋ ਬਾਣੀ ਸੁਖਮਨੀ ਸਾਹਿਬ ਵੀ ਪਰਮੇਸ਼ਵਰ ਦੀ ਬਾਣੀ ਉਨੀ ਮੁਬਾਰਕ ਆ ਮਗਰ ਜਿਹੜੇ ਗਿਆਨ ਦੇ ਤਾਕ ਤੇ ਦਰਵਾਜ਼ੇ ਖੋਲ੍ਹਣੇ ਨੇ ਕਿੰਨੇ ਖੋਲ੍ਹਣੇ ਸ੍ਰੀ ਆਸਾ ਕੀ ਵਾਰ ਨੇ ਖੋਲ੍ਹਣੇ ਜੇ ਸੌ ਚੰਦਾ ਉਗਵੇ ਇੱਥੇ ਚਾਨਣ ਹੁੰਦਿਆਂ ਇਹ ਸਭ ਕੁਝ ਕਿੱਥੋਂ ਪਤਾ ਲੱਗਣਾ ਸੀ ਵੀ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਿਰਖ ਕੀ ਛਾਇਆ ਸਿਓ ਉਹ ਬਿਨਸੇ ਉਹ ਬਿਰਖ ਦੀ ਛਾਂ ਇੱਕ ਜਗ੍ਹਾ 'ਤੇ ਟਿਕਦੀ ਨਹੀਂ ਜਿਹੜਾ ਮੰਜਾ ਡਾਉਣ ਵਾਲਾ ਉਹ ਮਗਰੋਂ ਕੀ ਕਰਦਾ ਪਛਤਾਉਂਦਾ ਹੈ ਉਹ ਬਿਨਸੈ ਉਹ ਮਨ ਅੱਗੇ ਲਿਖਿਆ ਬਟਾਊ ਸਿਓ ਜੋ ਬਟਾਊ ਮੀਨ ਰਾਈ 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 ਆਖੋ ਵਾਹਿਗੁਰੂ ਰਾਈ ਰਾਹਗੀਰ ਆ ਬਾਪੂ ਜੀ ਮੈਂ ਉੱਧਰ ਪ੍ਰਚਾਰ ਕਰਕੇ ਆਇਆ ਜਿਸ ਇਲਾਕੇ ਦੀ ਇਹ ਬੋਲੀ ਆ ਆਖੋ ਵਾਹਿਗੁਰੂ ਬਠਿੰਡੇ ਵੱਲ ਦੀ ਪਰੇ ਰਾਜਸਥਾਨ ਦੇ ਨਾਲ ਨਾਲ ਜੁੜਦੇ ਇਲਾਕਿਆਂ ਦੀ ਇਹ ਬੋਲੀ ਹੈ ਆਖੋ ਵਾਹਿਗੁਰੂ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਨਾ ਵੀ ਸਾਡੇ ਘਰ 'ਚ ਕੋਈ ਵੀ ਆਵੇ ਪੰਜਾਬ ਅੰਮ੍ਰਿਤਸਰ ਵੱਲ ਗੁਰਦਾਸਪੁਰ ਦੇ ਕਹਿੰਦੇ ਪ੍ਰਾਹੁਣਾ ਆਇਆ ਆਪਾਂ ਇਹ ਬੋਲਦੇ ਉੱਧਰ ਨਹੀਂ ਕਹਿੰਦੇ ਉੱਧਰ ਪ੍ਰਾਹੁਣਾ ਕੇਵਲ ਜਵਾਈ ਨੂੰ ਕਹਿੰਦੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਰਸਤੇ 'ਚ ਤੁਰਿਆ ਤੁਰਿਆ ਆਉਂਦਾ ਤੁਹਾਡੇ ਘਰ ਰਾਤ ਰੁਕ ਗਿਆ ਅਤੇ ਤੁਹਾਨੂੰ ਕਿਸੇ ਨੇ ਪੁੱਛਿਆ ਤੁਹਾਡੇ ਘਰ ਰਾਤੀ ਕੌਣ ਆਇਆ ਸੀ ਤਾਂ ਕਹਿੰਦੇ ਬਟਾਊ ਆਇਆ ਸੀ ਨਹੀਂ ਪਤਾ ਲੱਗਾ ਕੀ ਰਾਹ 'ਤੇ ਤੁਰਿਆ ਤੁਰਿਆ ਜਾਂਦਾ ਰਾਤ ਸਾਡੇ ਘਰ ਠਹਿਰ ਗਿਆ ਸੀ ਪ੍ਰਾਹੁਣਾ ਨਹੀਂ ਉਹਨੂੰ ਕਹਿੰਦੇ ਪ੍ਰਾਹੁਣਾ ਕੇਵਲ
ਜਵਾਈ ਨੂੰ ਕਹਿੰਦੇ ਵੀ ਪ੍ਰਾਹੁਣਾ ਆਇਆ, ਸਾਡੇ ਵੱਲ ਵੀ ਕਹਿੰਦੇ ਆਖੋ ਵਾਹਿਗੁਰੂ। ਮਗਰ ਉੱਧਰ ਕੀ ਕਹਿੰਦੇ, ਬਟਾਊ ਆਇਆ ਸੀ। ਮੇਰੇ ਸਾਹਿਬ ਕਹਿੰਦੇ ਜਿਹੜਾ ਰਸਤੇ 'ਤੇ ਤੁਰਿਆ ਤੁਰਿਆ ਜਾਂਦਿਆਂ ਤੈਨੂੰ ਬਟਾਊ ਮਿਲਿਆ ਹੈ, ਉਹਦੇ ਨਾਲ ਤੂੰ ਪਿਆਰ ਪਾ ਕੇ ਬਹਿ ਜੇ। ਬਟਾਊ ਸਿਓ ਜੋ ਲਾਵੇ, ਅੱਗੇ ਕੀ ਹੈ, ਅਤੇ ਆਹ ਧੀਆਂ ਪੁੱਤਰ ਪਰਿਵਾਰ ਜਿਹੜਾ ਤੈਨੂੰ ਮਿਲਿਆ ਹੈ, ਇਹ 84 ਲੱਖ ਜੂਨੀ ਦੇ ਵਾਟ ਵਿੱਚ ਤੁਰਿਆ ਤੁਰਿਆ ਜਾਂਦਿਆਂ ਮਿਲਿਆ ਕਿ ਨਾਲ ਆਇਆ ਕਿਤਿਓ, ਬੋਲੋ। ਕੁਝ ਪੀਰੀਅਡ ਲਈ ਰਸਤੇ ਵਿੱਚ ਤੂੰ ਰੁਕਿਓ ਅਤੇ ਉੱਥੇ ਤੈਨੂੰ ਇਹ ਧੀਆਂ ਮਿਲੀਆਂ, ਪੁੱਤਰ ਪਰਿਵਾਰ ਮਿਲਿਆ। ਸਮਝ ਰਹੇ ਹੋ ਕਿ ਨਹੀਂ ਜੀ, ਸਮਝ ਰਹੇ ਹੋ? ਆਖੋ ਵਾਹਿਗੁਰੂ। ਇਹ ਜਿਹੜੀ 84 ਲੱਖ ਜੂਨੀ ਦੀ ਤੇਰੀ ਯਾਤਰਾ ਸੀ, ਉਹਦੇ ਵਿੱਚ ਇਸ ਜਨਮ ਵਿੱਚ ਇਹ ਤੈਨੂੰ 3 ਧੀਆਂ, 1 ਪੁੱਤ, 4 ਪੁੱਤ, 2 ਪੁੱਤ, ਇਹ ਜਿਹੜਾ ਪਰਿਵਾਰ ਪੋਤਰੇ ਮਿਲੇ, ਇਹ ਰਸਤੇ ਵਿੱਚ ਤੁਰਿਆਂ ਤੁਰਿਆਂ ਆਉਂਦਿਆਂ ਮਿਲੇ, ਇਹਨਾਂ ਨੇ ਪਾ ਕੇ ਪਾਲਾ ਪਿਆਰ ਮੇਰਾ। ਬਾਬਾ ਕਹਿੰਦਾ ਬਟਾਊ ਸਿਓ ਜੋ ਕਾਕੋ। ਅੱਗੇ ਆਖਿਆ ਜੀ ਫਿਰ ਪਿਆਰ ਕਿਹਦੇ ਨਾ ਕਰੀਏ, ਮਨ ਬੋਲੋ, ਫਿਰ ਬੋਲੋ, ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਬੋਲੋ। ਮੇਰਿਆ ਮਨਾ, ਜੇ ਹਰੀ ਦੇ ਨਾਮ ਦੀ ਪ੍ਰੀਤੀ ਪਾਏਗਾ ਤੇ ਉਹ ਸੁਖ ਦੇਣ ਵਾਲੀ ਹੈ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਉਹ ਆਤਮ ਜਿਣੇ ਜਾਕਾ। ਆਖਿਆ ਜੀ ਉਹ ਪ੍ਰੀਤੀ ਪੈਂਦੀ ਕਿਸ ਤਰ੍ਹਾਂ, ਕਹਿੰਦੇ ਠਾਕੁਰ ਗਾਈਏ ਆਤਮ। ਮਹਾਰਾਜ ਸਾਰੀਆਂ ਧੀਆਂ ਨੇ ਗਾਇਆ, ਸਾਰੇ ਵੀਰਾਂ ਨੇ ਗਾਇਆ, ਕਹਿੰਦੇ ਆਤਮਕ ਰੰਗ ਵਿੱਚ ਗਾਓ, ਅੰਦਰੋਂ ਜੁੜ ਕੇ ਗਾਓ। ਤੇ ਫਿਰ ਇਹਦੀ ਵਡਿਆਈ ਇਹ ਵੀ ਕਹੀ, ਆਖੋ ਵਾਹਿਗੁਰੂ। ਲਾਲ ਰੰਗ ਤਿਸਕੋ ਲੱਗਾ, ਰੰਗ ਦਾ ਮਤਲਬ ਕੀ ਦੱਸਿਆ, ਜਿਹੜਾ ਵਾਹਿਗੁਰੂ ਲਾਲ ਬਣੇ, ਵਾਹਿਗੁਰੂ ਵਾਹਿਗੁਰੂ ਨਾਲ ਪਿਆਰ ਉਹਨੂੰ ਲੱਗਦਾ ਏ, ਉਹ ਪਾਉਂਦਾ ਵਾ ਜਿਸ ਕੇ, ਬੋਲੋ, ਜਿਸ ਕੇ। ਇਸ ਰੰਗ ਦੀ ਇੱਕ ਸਿਫਤ ਦੱਸੀ ਵੀ ਉਹ ਮੈਲਾ ਕਦੇ ਨਾ ਹੋ ਬਈ, ਬੋਲੋ। ਮਾਇਆ ਦਾ ਰੰਗ ਮੈਲਾ ਹੁੰਦਾ ਏ, ਦੋਸਤ ਦੀ ਦੋਸਤੀ ਚ ਰੰਗ ਮੈਲਾ ਹੋ ਜਾਂਦਾ, ਮੈਲੀ ਪੈ ਜਾਂਦੀ, ਫਿੱਕ ਪੈ ਜਾਂਦੀ ਕਿ ਨਹੀਂ, ਬੋਲੋ, ਆਖੋ ਵਾਹਿਗੁਰੂ। ਮਗਰ ਰੱਬ ਨਾਲ ਪ੍ਰੀਤੀ ਕਰਨ ਵਾਲਿਆਂ ਦਾ ਰੰਗ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਉਹ ਮੈਲਾ ਕਦੇ ਨਾ ਹੋਵੇ, ਨੈ ਲਾਗੇ ਦਾਗਾ, ਬੋਲੋ, ਨੈ ਨਾ ਉਹਨੂੰ ਕੋਈ, ਤੇ ਫਿਰ ਪਾਓ ਨਾ ਪ੍ਰੇਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਲੜੀਵਾਰ ਕਥਾ ਆਪਾਂ ਆਰੰਭ ਕੀਤੀ, ਕੀ ਨਾਮ ਉਹਦਾ,
ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਪਤਾ ਪਹਿਲੇ ਦਿਨ ਆਇਓ, ਬਾਣੀ ਦਾ ਨਾਮ ਹੈ ਮੇਰੇ ਬਾਬੇ ਪਹਿਲੇ ਦੀ ਬਾਣੀ ਆ, ਗੁਰੂ ਨਾਨਕ ਸਾਹਿਬ ਦੀ ਪੁਰਬ 'ਤੇ ਆਰੰਭ ਕੀਤੀ, ਦੱਖਣੀ ਓਅੰਕਾਰ ਨਾਲ ਨਾਲ ਹੀ ਆ ਸਿੱਧ ਗੋਸ਼ਟ ਅਤੇ ਨਾਲ ਹੀ ਦੱਖਣੀ ਓਅੰਕਾਰ ਰਾਮਕਲੀ ਰਾਗ ਵਿੱਚ ਇਹ ਮੇਰੇ ਸਤਿਗੁਰੂ ਦੀ ਅੰਮ੍ਰਿਤ ਬਾਣੀ ਹੈ। ਪਹਿਲੇ ਦਿਨ ਕਿਹੜਾ ਅਕਸ਼ਰ ਲਿਆ ਸੀ? ਊੜਾ, ਊੜਾ ਅੱਖ ਵਾਹਿਗੁਰੂ। ਅਗਲੇ ਦਿਨ ਸੱਸਾ, ਅੱਜ ਧੱਦਾ ਲਿਆ ਸਰਕਾਰ ਨੇ। ਕੀ ਜੀ? ਫਿਰ ਬੋਲੋ। ਧੱਦੇ ਧਰਮ ਧਰੇ ਧਰਮਾਪੁਰ, ਹੇ ਪੰਡਿਤ ਜੇ ਆਪਣੀ ਸੁਰਤ ਦੀ ਪੱਟੀ 'ਤੇ ਕੁਝ ਲਿਖਣਾ ਹੈ ਨਾ, ਅਤੇ ਉਸ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਲਿਖ, ਧਰਮ ਦੇ ਮਾਲਕ ਦਾ ਨਾਮ ਲਿਖ। ਅੱਖ ਵਾਹਿਗੁਰੂ ਕਿਹਦਾ? ਜਿਹੜਾ ਧਰਮ ਦਾ ਸਤਿਗੁਰੂ ਹੈ। ਗਰੀਬ ਨਿਵਾਜ, ਇਹ ਆਲ ਜੰਜਾਲ ਨਾ ਲਿਖ। ਸੁਣ ਪਾਂਡੇ ਕਿਹਾ ਲਿਖੋ ਜੰਜਾਲਾ, ਪਹਿਲੇ ਦਿਨ ਇਹ ਕਿਹਾ ਸੀ, ਹੇ ਪਾਂਡੇ ਕੀ ਆਲ ਜੰਜਾਲ ਦੀਆਂ ਗੱਲਾਂ, ਵਰਤ ਰੱਖ ਲਾ, ਸ਼ਰਾਧ ਕਰ ਲਾ, ਇਹ ਗੱਲਾਂ ਕਰ ਲਾ, ਪੂਰਨਮਾਸ਼ੀਆਂ ਮਨਾ ਲਾ, ਇਹ ਕੁਝ ਕਰ ਲਾ, ਇਹ ਕੁਝ ਕਰ ਲਾ, ਇਹ ਗੱਲਾਂ ਛੱਡ ਦੇ, ਇਹ ਆਲ ਜੰਜਾਲ ਦੀਆਂ ਗੱਲਾਂ ਛੱਡ ਦੇ। ਕੀ ਕਰਦੇ? ਇਸ ਪੱਟੀ ਦੇ ਧਰਮ ਦਾ ਮਾਲਕ ਵਾਹਿਗੁਰੂ ਪਰਮੇਸ਼ਵਰ ਜਿਹੜਾ ਹੈ ਉਹਦਾ ਚੈਪਟਰ ਲਿਖਦੇ। ਅੱਖ ਵਾਹਿਗੁਰੂ। ਉਹ ਕਿਤਰਾਂ ਦਾ, ਉਹਦਾ ਸੁਭਾਅ ਕਿਤਰਾਂ ਦਾ ਜੀ? ਕਹਿੰਦੇ ਗੁਣਕਾਰੀ ਉੱਤੇ ਆ ਰਿਹਾ, ਵੇਖੋ ਜਿਹੜਾ ਚੰਗੀ ਤਰ੍ਹਾਂ ਸੁਚੇਤ ਹੋ ਗਏ। ਕੀ ਹੈ ਉਹ ਗੁਣਕਾਰੀ? ਮਤਲਬ ਗੁਣਾਂ ਦਾ ਮਾਲਕ, ਗੁਣਾਂ ਦਾ ਆਪੇ, ਗੁਣ ਆਪੇ, ਸੁਖਮਨੀ ਸਾਹਿਬ ਆਪੇ ਗੁਣ ਅਤੇ ਆਪੇ ਆਪ ਹੀ ਉਹ ਗੁਣ ਆ ਅਤੇ ਆਪ ਹੀ ਗੁਣਾਂ ਦਾ ਮਾਲਕ ਹੈ ਵਾਹਿਗੁਰੂ। ਜੇ ਲਿਖਣਾ ਹੀ ਤਾਂ ਉਹਦਾ ਨਾਮ ਲਿਖ ਜਿਹੜਾ ਗੁਣ ਵੀ ਹੈ ਅਤੇ ਗੁਣਾਂ ਦਾ, ਇਹੀ ਤਾਂ ਹੈ। ਲਿਖ ਦਿਓ ਆਪਣੀ ਸੁਰਤ ਉੱਤੇ, ਸੁਰਤ 'ਤੇ ਜੋ ਲਿਖਿਆ ਹੋਊਗਾ ਸੱਚੀ ਮੁੱਚੀ ਤੁਸੀਂ ਪੜੋਗੇ ਉਹਨੂੰ। ਘਰ ਦੇ ਵਿੱਚ ਕੋਈ ਚੀਜ਼ ਇੱਕ ਤੁਹਾਡੇ ਲਿਖ ਕੇ ਲਾਈ, ਇੱਕ ਸ਼ਬਦ ਲਿਖ ਕੇ ਲਾਇਆ, ਅੱਖ ਵਾਹਿਗੁਰੂ, ਨਾ ਚਾਹੁੰਦੇ ਹੋਏ ਵੀ ਤੁਸੀਂ ਸਾਰੇ ਦਿਨ ਵਿੱਚ ਉਸ ਸ਼ਬਦ ਨੂੰ ਕਈ ਵਾਰ ਪੜ੍ਹ ਜਾਂਦੇ ਹੋ, ਪੜ੍ਹ ਜਾਂਦੇ ਕਿ ਨਹੀਂ? ਘਰ ਦੇ ਵਿੱਚ ਲਿਖਿਆ ਵਾ, ਜੋ ਮੰਗੇ ਠਾਕੁਰ ਆਪਣੇ 'ਤੇ, ਇਹ ਸ਼ਬਦ ਲਿਖਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਵਾਲਾ ਲਿਖਿਆ ਹੈ, ਅਤੇ ਉਹ ਸ਼ਬਦ ਆਪਾਂ ਵਾਰ ਵਾਰ ਜਦੋਂ ਵੇਖਦੇ ਉਹਦੇ 'ਤੇ ਸਾਡਾ ਧਿਆਨ ਜਾਂਦਾ ਹੈ। ਮੇਰਾ ਸਤਿਗੁਰੂ ਪਾਤਸ਼ਾਹ ਕਹਿੰਦਾ, ਹੇ ਪੰਡਿਤ ਜੀ ਤੁਸੀਂ ਉਸ ਮਾਲਕ ਦਾ ਨਾਮ ਲਿਖੋ ਜਿਹੜਾ ਗੁਣਕਾਰੀ ਅਤੇ ਮਨ ਧੀਰਾ, ਮਨ ਧੀਰਾ ਮੀਨ ਧੀਰ ਜਵਾਨ ਆ। ਮਰਦਾਨੇ ਨੇ ਆਵਾਜ਼ ਮਾਰੀ, ਅੱਖ ਵਾਹਿਗੁਰੂ, ਗੱਜ ਕੇ ਬੋਲਿਆ ਕਰੋ, ਬਾਬਾ ਮੈਂ ਡਿੱਗ ਪਿਆ, ਬਾਬਾ ਮੇਰਾ ਮੂੰਹ ਮਿੱਟੀ ਦੇ ਵਿੱਚ ਸਾਰਾ ਦਾ ਸਾਰਾ ਦੱਬਿਆ ਗਿਆ ਹੈ। ਮੁੜ ਕੇ ਆਈ ਸਰਕਾਰ, ਅੱਖ ਵਾਹਿਗੁਰੂ, ਗੱਜ ਕੇ ਬੋਲਿਆ ਕਰੋ। ਸਰਕਾਰ ਨੇ ਆਣ ਕੇ ਵੇਖਿਆ ਸੱਚੀ ਮੁੱਚੀ ਮਰਦਾਨੇ ਦਾ ਮੂੰਹ ਸਾਰਾ ਮਿੱਟੀ ਦੇ ਵਿੱਚ ਦੱਬਿਆ, ਸਾਰੇ ਮੂੰਹ ਅਤੇ ਦਾੜੇ ਉੱਤੇ ਮਿੱਟੀ ਪਈ। ਸਰਕਾਰ ਨੇ ਆਖਿਆ, ਮਰਦਾਨਿਆਂ ਕੀ ਗੱਲ ਹੋਈ? ਸੁਚੇਤ ਹੋ, ਮਰਦਾਨਿਆਂ ਕੀ ਗੱਲ ਹੋਈ? ਕਿਤਨਾ ਡਿੱਗਾ, ਠੇਡਾ ਲੱਗ ਗਿਆ? ਕਹਿੰਦੇ ਨਹੀਂ, ਠੇਡਾ ਨਹੀਂ ਲੱਗਾ। ਉਹ ਜਿਹੜਾ ਘੋੜੇ ਵਾਲਾ ਜਾ ਰਿਹਾ ਨਾ, ਘੋੜੇ 'ਤੇ ਚੜਿਆ, ਉਹਨੇ ਸ਼ਮਲੇ ਵਾਲੀ ਪੱਗ ਬੱਧੀ, ਕਮਰ ਕਟਾਰਾ ਬੰਕੜਾ ਅਤੇ ਬੰਕੇ ਕਾ ਅਸਵਾਰ, ਜਿਹਨੇ ਲੱਕ ਨਾਲ ਕਟਾਰਾ ਕਟਾਰ ਕਿਰਪਾਨ ਬੱਧੀ ਅਤੇ ਘੋੜੇ 'ਤੇ ਜਿਹੜਾ ਚੜਿਆ, ਅਤੇ ਬੰਕਾ ਨੌਜਵਾਨ ਹੈ ਨਾ ਬੜਾ ਸੁੰਦਰ, ਉਹ ਜਿਹੜਾ ਘੋੜੇ 'ਤੇ ਜਾ ਰਿਹਾ ਗਰੀਬ ਨਿਵਾਜ, ਇਹਨੇ ਪਿੱਛੋਂ ਤੁਰੇ ਆਉਂਦੇ ਆਉਂਦੇ ਨੇ ਮੇਰੇ ਲੱਕ 'ਚ ਠੁੱਡ ਮਾਰਿਆ ਹੈ।
ਕੌਣ ਕਹਿੰਦਾ? ਭਾਈ ਮਰਦਾਨਾ ਜੀ ਕਹਿੰਦੇ ਵੀ ਇਹਨੇ ਤੁਰੇ ਆਉਂਦੇ ਨੇ ਪਿੱਛੋਂ ਮੇਰੇ ਲੱਕ 'ਚ ਠੁੱਡ ਮਾਰਿਆ ਅਤੇ ਗਰੀਬ ਨਵਾਜ਼ ਮੈਨੂੰ ਠੁੱਡ ਵੱਜਣ ਦੀ ਦਰਦ ਨਹੀਂ ਹੋਈ। ਇਹਨੇ ਇੱਕ ਸ਼ਬਦ ਬੋਲਿਆ, ਘੋੜੇ ਵਾਲੇ ਨੇ ਇੱਕ ਸ਼ਬਦ ਬੋਲਿਆ, ਨਿਹੰਗ ਸਿੰਘ ਚੌਂਗੜਾ ਮਰ, ਇਹਨੇ ਇੱਕ ਸ਼ਬਦ ਬੋਲਿਆ ਅਤੇ ਸਰਕਾਰ ਨੇ ਪੁੱਛਿਆ ਕੀ? ਕਹਿੰਦੇ ਕੁਰਾਈਏ ਦਿਆ ਦੋਸਤਾਂ ਰਾਏ ਹੋ ਕੇ ਤੁਰ, ਨਹੀਂ ਪਤਾ ਲੱਗ ਸਾਰਿਆਂ ਲੱਗ ਗਿਆ ਕੀ ਸ਼ਬਦ ਬੋਲੇ, ਕੀ ਕਹਿੰਦੇ ਸੀ ਮੇਰੇ ਬਾਪੂ ਨੂੰ? ਇਹ ਲੋਕਾਂ ਨੂੰ ਕਿਰਾਏ ਪਾਉਂਦਾ, ਇਹ ਸ਼ਬਦ ਬੋਲੇ ਕੁਰਾਈਏ ਦਿਆ ਦੋਸਤਾਂ ਰਾਏ ਹੋ ਕੇ ਤੁਰ, ਅਤੇ ਨਾਲੇ ਠੁੱਡ ਮਾਰ ਗਿਆ, ਠੁੱਡ ਦਾ ਮੈਨੂੰ ਦੁੱਖ ਨਹੀਂ। ਅਤੇ ਸਰਕਾਰ ਨੇ ਆਖਿਆ ਮਰਦਾਨਿਆ, ਸੁਣ ਰਹੇ ਹੋ ਨਾ ਮਰਦਾਨਿਆ, ਕੀ ਕਹੀਏ ਫਿਰ ਉਹਨੂੰ? ਅਤੇ ਮਰਦਾਨਾ ਜੀ ਨੇ ਆਖਿਆ ਮਹਾਰਾਜ ਇਹਨੂੰ ਕਹੋ ਤੇਰਾ ਬੇੜਾ ਡੁੱਬ ਜਾਏ, ਠੁੱਡ ਮਾਰਨ ਵਾਲਿਆ ਤੇਰਾ ਬੇੜਾ ਡੁੱਬ ਜਾਏ, ਅਤੇ ਗੁਣਕਾਰੀ ਮਨ ਧੀਰਜਵਾਨ ਸੀ ਨਾ ਹੈ ਟਿੱਕ ਗਿਆ, ਬਖਸ਼ੰਦ ਸਤਿਗੁਰੂ ਆਪਣੇ ਪਹਿਰੇ 'ਚ ਆ ਗਏ। ਆਂਦੇ ਮਰਦਾਨਿਆ ਸਾਨੂੰ ਰੱਬ ਨੇ ਲੋਕਾਂ ਦੇ ਵੇਲੇ ਡੋਬਣ ਨਹੀਂ ਭੇਜਿਆ, ਧਿਆਨ ਦਿਓ ਸਾਨੂੰ ਲੋਕਾਂ ਦੇ ਵੇਲੇ ਉੱਚੀ ਬੋਲੋ ਕਿੱਧਰ ਭੇਜਿਆ? ਕੱਲ ਤਾਰਨ ਗੁਰੂ ਨਾਨਕ ਆਇਆ, ਕੱਲ ਤਾਰਨ ਗੁਰੂ ਨਾਨਕ ਆਇਆ, ਕੱਲ ਰਾਗ ਰਾਗਨੀ ਮੰਗਲ ਗਾਇਆ, ਰਾਗ ਰਾਗਨੀ ਮੰਗਲ ਗਾਇਆ, ਰਾਗ ਪਿਆ ਆਨੰਦ ਜਗਤ ਵਿੱਚ, ਪਿਆ ਆਨੰਦ ਜਗਤ ਵਿੱਚ, ਪਿਆ ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਮਰਦਾਨਿਆ ਸਾਡੀ ਡਿਊਟੀ ਰੱਬ ਨੇ ਲੋਕਾਂ ਦੇ ਵਿਹੜੇ ਡੋਬਣ 'ਤੇ ਨਹੀਂ ਲਾਈ, ਕਾਹਤੇ ਲਾਈ? ਤਾਰਨ 'ਤੇ ਲਾਈ। ਆਖਿਆ ਬਾਪੂ ਮੈਂ ਭੁੱਲ ਗਿਆ, ਮਰਦਾਨਿਆ ਤੂੰ ਆਵਾਜ਼ ਮਾਰ, ਮੇਰੇ ਕੋਲੋਂ ਤਾਂ ਨਹੀਂ ਵੱਜਦੀ ਜਿਹੜੀ ਤੂੰ ਕਹੀ ਵੀ ਤੇਰਾ ਬੇੜਾ ਡੁੱਬ ਜਾਵੇ, ਤੂੰ ਆਵਾਜ਼ ਮਾਰ। ਬਾਪੂ ਮੈਂ ਕੀ ਆਵਾਜ਼ ਮਾਰਾਂ? ਆਖੋ ਵਾਹਿਗੁਰੂ, ਵਾਹਿਗੁਰੂ ਕੇ ਬੋਲੋ, ਤੂੰ ਕਹਿ ਘੋੜੇ ਵਾਲਿਆ ਤੇਰਾ ਬੇੜਾ ਤਰ ਜਾਏ। ਮਰਦਾਨਾ ਉਹਦਾ ਨੌਕਰ ਸੀ, ਕੀਰਤਨੀਆ ਸੀ, ਉਹਦੀ ਰਹਿਮਤ ਨੂੰ ਜਾਣਦਾ ਸੀ, ਪਿੱਛੋਂ ਆਵਾਜ਼ ਮਾਰੀ ਘੋੜੇ ਵਾਲਿਆ ਤੇਰਾ ਬੇੜਾ ਤਰ ਜਵੇ। ਇੰਨੀ ਗੱਲ ਕਹਿੰਦੇ ਸੀ, ਘੋੜੇ ਨੂੰ ਠੇਡਾ ਲੱਗਾ, ਸਿਰ ਪਰਨੇ ਜਾ ਪਿਆ ਘੋੜਾ, ਅਤੇ ਜਿਹੜਾ ਕਾਠੀ ਦਾ ਭਾਰ ਸੀ ਨਾ ਘੋੜੇ ਦੀ ਕਾਠੀ ਲੱਥ ਕੇ ਉਹਦੇ ਸਿਰ 'ਤੇ ਡਿੱਗ ਪਈ, ਉਹਨੂੰ ਇੰਨਾ ਚੇਤਾ ਨਹੀਂ ਮੇਰੇ ਸਿਰ 'ਤੇ ਘੋੜੇ ਦੀ, ਉਸੇ ਤਰ੍ਹਾਂ ਹੀ ਆ ਗਿਆ ਕਾਠੀ ਸਿਰ 'ਤੇ। ਅਤੇ ਬਾਬੇ ਨੂੰ ਆਣ ਕੇ ਕਹਿੰਦਾ ਬਾਬਾ ਮੈਨੂੰ ਬਖਸ਼ ਲਾ, ਮੈਂ ਤੇਰੇ ਲਈ ਇਹ ਬਚਨ ਵਰਤੇ ਨੇ, ਕਰਾਈਏ ਦਿਆ ਦੋਸਤਾਂ ਰਾਏ ਹੋ ਕੇ ਤੁਰ, ਮੈਂ ਤੇਰੇ ਲਈ ਵਰਤੇ ਨੇ। ਕਹਿਣ ਲੱਗੇ ਮੇਰੇ ਬਚਨ ਦੀ ਛੱਡ, ਜਿੰਨੇ ਦੁਨੀਆਂ ਦੇ ਨਰਕ ਨੇ ਉਹਨਾਂ ਦਾ ਭਾਰ ਤੇਰੇ ਸਿਰ 'ਤੇ ਪੈਣਾ ਸੀ, ਜੇ ਤੈਨੂੰ ਮਰਦਾਨਾ ਇਹ ਨਾ ਕਹਿੰਦਾ ਘੋੜੇ ਵਾਲਿਆ ਤੇਰਾ ਬੇੜਾ ਤਰ ਜੇ।
ਤੈਨੂੰ ਮਰਦਾਨੇ ਨੇ ਬਖਸ਼ ਦਿੱਤਾ ਤੇ ਸਿਰਫ ਇਹ ਕਾਠੀ ਦਾ ਹੀ ਘੋੜ ਪਿਆ ਭਾਰ ਪਿਆ ਤੇਰੇ ਸਿਰ ਤੇ, ਜਿਹੜੀ ਕਾਠੀ ਸੀ ਘੋੜੇ ਦੀ ਉਹ ਤੇਰੇ ਸਿਰ ਤੇ ਫੜ ਕੇ ਲਾ ਦੇ ਸਾਡੇ ਸਾਹਮਣੇ ਹੀ ਤੇ ਹੌਲੇ ਪਾਰ ਹੋ ਜਾ। ਇੱਥੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਪੱਟੀ ਲਿਖਣੀ ਆ ਤੇ ਉਸ ਮਾਲਕ ਦੀ ਲਿਖ ਜਿਹੜਾ ਗੁਣਕਾਰੀ ਗੁਣਾਂ ਦਾ ਮਾਲਕ ਆ ਤੇ ਮਨ ਦਾ ਬੜਾ ਧੀਰ ਜਵਾਨ ਆ। ਬੋਲੋ ਨਾ, ਗੁਰੂ ਨਾਨਕ ਸਾਹਿਬ ਵਰਗਾ ਧੀਰ ਜਵਾਨ ਕੋਈ ਨਹੀਂ। ਦਾਤੂ ਨੇ ਆਣ ਕੇ ਲੱਤ ਮਾਰਤੀ, ਸਰਾਫ ਦੇ ਦਿੱਤਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਚੰਦੂ ਨੇ ਤੱਤੀ ਤਵੀ ਤੇ ਬਹਾਤਾ, ਆਖੋ ਵਾਹਿਗੁਰੂ। ਇਹ ਆ ਗੁਣਕਾਰੀ ਮਨ ਬੋਲਦੇ ਨੀ। ਸਰਬਜੀਤ ਸਿੰਘ ਬੋਲੋ ਨਾ, ਗੁਣਕਾਰੀ ਮਨ ਗੁਣਾਂ ਦਾ ਮਾਲਕ ਆ ਤੇ ਮਨ ਦਾ ਬੜਾ। ਜੇ ਲਿਖਣਾ ਹੈ ਤੇ ਉਸ ਵਾਹਿਗੁਰੂ ਦਾ ਨਾਮ ਲਿਖ, ਇਹਦੇ ਤੇ ਆਲਜਨ ਜਾਲ ਨਾ ਲਿਖ। ਕਿਹਨੂੰ ਕਹਿ ਰਹੇ ਨੇ? ਪਾਂਡੇ ਨੂੰ, ਆਖੋ ਵਾਹਿਗੁਰੂ। ਤੇ ਕਹਿੰਦੇ ਉਹ ਜਿਹੜਾ ਸਤਿਗੁਰੂ ਗੁਣਕਾਰੀ ਤੇ ਮਨ ਦਾ ਧੀਰਜ ਆ ਨਾ, ਤਦੈ ਧੂਲ ਪੜੇ ਮੁਖ ਮਸਤਕ, ਉਸ ਗੁਰੂ ਦੀ ਕਤੀ ਉਹਦੀ ਚਰਨ ਧੂੜ ਮਸਤਕ ਤੇ ਲੱਗ ਜਾਏ। ਕਿਹਦੀ ਭਲਾ? ਉਸ ਗੁਣਕਾਰੀ ਮਨ ਧੀਰੇ ਦੀ। ਗੁਣਕਾਰੀ ਮਨ ਧੀਰਜਵਾਨ ਜਿਹੜਾ ਸਤਿਗੁਰੂ ਹੈ ਨਾ, ਉਹਦੀ ਚਰਨ ਧੂੜ ਪੰਡਿਤ ਜੀ ਜਿਹਦੇ ਕਿਤੇ ਮਸਤਕ ਤੇ ਲੱਗ ਜੇ। ਤੱਤੇ ਧੂਲ ਪੜੇ ਮੁੱਖ ਮਸਤਕ, ਵੇਖੋ ਜਰਾ ਬੋਲੋ, ਤੇ ਫਿਰ ਕੀ ਹੁੰਦਾ? ਕੰਚਨ ਪੈ ਮਨੂਰਾ, ਕੰਚਨ। ਐਸੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਨਾਮ ਲਿਖ ਜਿਹਦੀ ਚਰਨ ਧੂੜ ਵੀ ਕਦੀ ਸਰੀਰ ਤੇ ਡਿੱਗ ਪਏ ਤੇ ਸੜਿਆ ਗਲਿਆ ਲੋਹਾ ਫਿਰ ਸੋਨਾ ਹੋ ਜਾਂਦਾ। ਕੰਚਨ ਭੈ ਮਨੂਰਾ ਮੀਨ ਹੁੰਦਾ ਗਲਿਆ ਲੋਹਾ। ਕਿਹੜਾ ਜੀ? ਉੱਚੀ ਬੋਲੋ। ਵੇਖਿਆ ਜੇ ਨਾ ਪੀਲਾ ਜਿਹਾ ਹੋਇਆ, ਗਾਡਰ ਗੁਡਰ ਜਿਹਨਾਂ ਨੂੰ ਜੰਗ ਲੱਗ ਗਈ ਹੁੰਦੀ, ਕੀ ਹੁੰਦੇ ਨੇ ਉਹ? ਗਲੇ ਜੇ ਲੋਹੇ ਜਿਹੜੇ ਹੁੰਦੇ ਉਹਨਾਂ ਨੂੰ ਕਹਿੰਦੇ ਮਨੂਰ ਲੋਹਾ, ਕਿਸੇ ਕੰਮ ਨਹੀਂ ਹੁੰਦਾ, ਗਲਿਆ ਹੁੰਦਾ। ਮੇਰਾ ਸਤਿਗੁਰੂ ਪਾਤਸ਼ਾਹ ਕਹਿੰਦਾ ਜੇ ਕਿਤੇ ਗੁਰੂ ਦੀ ਚਰਨ ਧੂੜ ਪੈ ਜਾਏ ਨਾ ਉਸ ਲੋਹੇ ਤੇ ਵੀ, ਤੇ ਉਹ ਵੀ ਕੀ ਬਣ ਜਾਂਦਾ ਜੀ? ਉੱਚੀ ਬੋਲੋ ਇੱਕ ਵਾਰ। ਤਦੇ ਧੂਲ ਪੜੇ ਮੁਖ ਮਸਤਕ, ਕੰਚਨ ਪੈ ਮਨੂਰਾ, ਧਨ ਧਰਨੀ ਧਰ ਆਪ ਅਜੋਨੀ। ਉਹ ਜਿਹੜਾ ਧਨ ਧਰਨੀ ਧਰ ਵਾਹਿਗੁਰੂ ਹੈ ਨਾ, ਉਹਦੇ ਕੋਲ ਦੌਲਤ ਕੀ ਹੈ? ਉਹਦੇ ਕੋਲ ਉੱਚੀ ਬੋਲੋ ਕੀ ਪ੍ਰੋਪਰਟੀ ਆ ਉਹਦੀ? ਵੀ ਉਹਨੂੰ ਵੱਡਾ ਕਰਕੇ ਮੰਨਦੇ ਆ, ਕਹਿੰਦੇ ਉਹ ਆਪ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਸਾਰੀ ਕਾਇਨਾਤ ਉਹਨੇ ਬਣਾਈ, ਸਾਰੇ ਜੂਨਾਂ ਵਿੱਚ ਨੇ, ਆਪ ਅਜੂ ਇਹਦੀ ਇਹ ਹੀ ਸਭ ਤੋਂ ਵੱਡੀ ਉਹਦੀ ਪ੍ਰੋਪਰਟੀ ਹੈ। ਜਿਹੜੇ ਦੁਨੀਆਂ ਦੇ ਉੱਤੇ ਗੁਰੂ ਬਣ ਕੇ ਬੈਠੇ ਨੇ, ਦੇਹਧਾਰੀ ਗੁਰੂ ਬਣ ਕੇ ਬੈਠੇ ਨੇ, ਉਹਨਾਂ ਕੋਲ ਧਨ ਨਹੀਂ, ਉਹਨਾਂ ਕੋਲ ਬੜੇ ਬੜੇ ਵੱਡੇ ਡੇਰੇ ਹੋ ਸਕਦੇ ਨੇ, ਬੜੀਆਂ ਬੜੀਆਂ ਦਵਾਈਆਂ ਬਣਾ ਕੇ ਵੇਚ ਸਕਦੇ, ਲੋਕਾਂ ਨੂੰ ਠੱਗ ਸਕਦੇ, ਮਗਰ ਆਹ ਧਨ ਕਿੱਥੋਂ ਲਿਆਉਣਗੇ? ਅਜੂਨੀ ਤਾਂ ਨਹੀਂ ਪਤਾ ਲੱਗਾ ਕੀ ਜੂਨਾਂ 'ਚ ਨੇ, ਅਤੇ ਅਸੀਂ ਉਹਦੇ ਕੋਲ ਜਾਣਾ ਜਿਹੜਾ ਸਾਨੂੰ ਜੂਨਾਂ 'ਚੋਂ ਕੱਢ ਕੇ ਕੀ ਬਣਾਵੇਂ? ਅਜੂਨੀ ਬਣਾਵੇਂ। ਉਹ ਤਾਂ ਖੁਦ ਨਹੀਂ ਅਜੂਨੀ, ਸਾਨੂੰ ਕਿਤਰਾ ਬਣਾਊ? ਪਕੜ ਰੱਖਦੇ ਅੱਖ ਵਾਹਿਗੁਰੂ। ਉਹ ਜਿਹੜਾ ਵਾਹਿਗੁਰੂ ਪਰਮੇਸ਼ਵਰ ਆ ਜਿਹਦੀ ਧੂੜ ਗਲੇ ਲੋਹੇ ਨੂੰ ਸੋਨਾ ਬਣਾ ਦਿੰਦੀ ਆ, ਗੁਣਕਾਰੀ ਮਨ ਧੀਰਾ ਵਾ, ਉਹ ਏਡਾ ਦਾਤਾ ਵੱਡਾ ਵਾ ਵੀ ਉਹਦਾ ਧਨ ਸਭ ਤੋਂ ਵੱਡਾ ਵੀ ਉਹ ਆਪ ਅਜੂਨੀ। ਲੱਕ ਸਿੱਧਾ ਰੱਖੋ, 2 ਮਿੰਟ ਰਹਿ ਗਏ। ਆਪ ਉਹ ਕੀ ਆ? ਜੂਨਾਂ ਤੋਂ। ਤੇ ਕਮਾਲ ਦੀ ਗੱਲ ਆ,
ਇੱਕ ਹੋਰ ਬੜਾ ਭਾਰਾ ਸ਼ਬਦ ਉਹਨਾਂ ਨਾਲ ਲਾਇਆ ਹੈ, ਤੋਲ ਤੋਲ ਤੋਲ। ਨਾਨਕ ਪੂਰਾ ਤੋਲ ਸੀ, ਬੋਲੋ। ਸੁਲਤਾਨਪੁਰ ਲੋਧੀ ਕੀ ਕਰਕੇ ਵਿਖਾਇਆ? ਪੂਰਾ ਪੂਰਾ ਤੋਲ ਕੇ ਵਿਖਾਇਆ, ਇਤਨਾ ਹੀ ਸੀ। ਕੀ ਕਿਹਾ? ਤੇਰਾ 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 ਹੀ ਬੋਲ ਗਿਆ, ਤੋਲ। ਅੱਗੇ ਲਿਖਿਆ ਬੋਲ, ਉਸ ਗੁਰੂ ਦਾ ਬੋਲ ਵੀ ਪੂਰਾ ਹੈ। ਆਖੋ ਵਾਹਿਗੁਰੂ। ਉਹ ਗੁਰੂ ਬੋਲਾਂ ਕਰਕੇ ਵੀ ਤੇ ਤੋਲ ਕਰਕੇ ਵੀ ਪੂਰਾ ਹੈ। ਇਸ ਕਰਕੇ ਜੇ ਨਾਮ ਲਿਖਣਾ ਹੀ ਤੇ ਉਹਦਾ ਲਿਖ ਆਪਣੀ ਪੱਟੀ ਤੇ। ਇੱਧਰ ਦੀਆਂ ਗੱਲਾਂ ਕੀ ਲਿਖਦਾ? ਬ੍ਰਹਮਾ ਦਾ, ਸ਼ਿਵ ਜੀ ਦਾ, ਦੂਸਰੇ ਦਾ, ਤੀਸਰੇ ਦਾ, ਇਹਦਾ ਲਿਖਦਾ, ਉਹਦਾ ਦੇਵੀ ਦੇਵਤਿਆਂ ਦਾ, ਪੀਰਾਂ ਪਕੰਬਰਾਂ ਦਾ ਲਿਖਦਾ, ਇਹ ਸਾਰੇ ਮਿਟਾ ਦੇ। ਉਹਦੇ ਉੱਤੇ ਕਿਹਦਾ ਲਿਖ? ਗੁਣਕਾਰੀ ਮਨ ਧੀਰਾ। ਉਹਦੇ 'ਚ ਹੋਰ ਕੀ ਹੈ ਜੀ? ਧਨ ਧਰਣੀ ਧਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ, ਤੋਲ ਬੋਲ ਸੱਚ। ਤੋਲ ਦਾ ਵੀ ਪੂਰਾ ਤੇ ਸੱਚ ਪੂਰਾ, ਪੈਰਾਂ ਤੋਂ ਲੈ ਕੇ ਸਿਰ ਤੱਕ ਸੱਚ ਨਾਲ ਭਰਿਆ ਹੈ ਗੁਰੂ। ਨਹੀਂ ਪਤਾ ਲੱਗਾ ਜੀ ਅੱਜ ਦੇ ਟੋਪਿਕ ਨੂੰ ਤੁਸੀਂ ਪੜ੍ਹਿਆ ਚੰਗੀ ਤਰ੍ਹਾਂ ਵੀ ਜੇ ਪੰਡਿਤ ਜੀ ਪੱਟੀ 'ਤੇ ਲਿਖਣਾ ਹੀ ਆ ਤੇ ਕਿਹਦਾ ਨਾਮ ਲਿਖੋ? ਜਿਹੜਾ ਤੋਲ ਦਾ ਪੂਰਾ ਹੈ, ਜਿਹੜਾ ਬੋਲ ਦਾ ਪੂਰਾ ਹੈ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਜਿਹੜਾ ਨਦਰੀ ਪੈ ਜਾਏ ਜਿਹਦੀ ਚਰਨ ਧੂੜ ਮਿਲ ਜਾਏ ਤੇ ਗਲਿਆ ਲੋਹਾ ਵੀ ਸੋਨਾ ਬਣ ਜਾਂਦਾ ਹੈ। ਉਸ ਗੁਰੂ ਨਾਲ ਜੁੜੋ, ਉਸ ਗੁਰੂ ਦੇ ਚਰਨਾਂ ਨਾਲ ਜੁੜੋ। ਅੱਗੇ ਜਾ ਕੇ ਕਹਿੰਦੇ ਕਰਤੇ ਕੀ ਮਿੱਤ ਕਰਤਾ ਜਾਣੇ। ਇਸ ਵਾਹਿਗੁਰੂ ਦੀ ਮਹਿਮਾ, ਜਾਂ ਤਾਂ ਉਹ ਵਾਹਿਗੁਰੂ ਆਪ ਜਾਣਦਾ ਹੈ, ਆਖੋ ਵਾਹਿਗੁਰੂ, ਜਾਂ ਤੇ ਤੁਮਰੀ ਗਤ ਮਿੱਤ ਤੁਮੀ ਜਾਣੀ, ਜਾਂ ਤੇ ਤੇਰੇ ਬਾਰੇ ਤੂੰ ਹੀ ਜਾਣਦਾ ਹੈ, ਤੇ ਜਾਂ ਫਿਰ ਜਾਣੇ ਕੈ ਜਾਣੇ ਗੁਰਸੂਰਾ, ਜਾਂ ਫਿਰ ਉਹ ਗੁਣਾਂ ਦਾ ਮਾਲਕ ਗੁਰੂ ਜਾਣਦਾ ਹੈ ਕਰਤੇ ਬਾਰੇ ਵੀ ਕਰਤਾ ਕਿੰਨਾ ਵੱਡਾ ਹੈ। ਸਭ ਕੁਝ ਜਾਣਦਾ ਹੋਇਆ ਵੀ ਜਿਹੜਾ ਕਹਿੰਦਾ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਕਰ ਕਰ ਵੇਖੇ ਕੀਤਾ ਆਪਣਾ, ਜੋ ਤਿਸ ਦੀ ਜੋ ਤਿਸ ਭਾਵੈ ਫਿਰ ਸੋ ਪਾਤਸ਼ਾਹ ਨਾਨਕ। ਜਾਂ ਤਾਂ ਉਹਦੀ ਮਹਿਮਾ ਨੂੰ ਉਹ ਆਪ ਹੀ ਜਾਣਦਾ, ਤੇ ਜਾਂ ਫਿਰ ਦੂਸਰਾ ਕਰੈਕਟਰ ਹੈ ਜਿਹਨੂੰ ਕਹਿੰਦੇ ਸਤਿਗੁਰੂ। ਕੀ ਜੀ? ਕਰਤੇ ਦੀ ਮਹਿਮਾ ਨੂੰ ਫਿਰ ਜਾਂ ਸਤਿਗੁਰੂ ਜਾਣਦੇ ਨੇ, ਦੂਸਰਾ ਕੋਈ ਨਹੀਂ। ਗਰੀਬ ਨਿਵਾਜ ਮੇਰਾ ਕਰੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਜੁੜ ਜਾਓ ਬਾਣੀ ਦੇ ਨਾਲ। ਗਰੀਬ ਨਿਵਾਜ ਸਾਰਿਆਂ ਦਾ ਤੁਹਾਡਾ ਭਲਾ ਕਰੇ, ਤੁਹਾਡੀ ਝੋਲੀ 'ਚ ਅੰਮ੍ਰਿਤ ਵੇਲਾ ਪਾਵੇ। ਮੈਂ ਤਾਂ ਸਭ ਤੋਂ ਵੱਡੀ ਦਾਤ ਗੁਰੂ ਕੋਲੋਂ ਇਹ ਹੀ ਮੰਗ ਕੇ ਦੇਣਾ ਤੁਹਾਨੂੰ, ਆਪਣੇ ਲਈ ਵੀ ਮੰਗਦਾ ਤੁਹਾਡੇ ਲਈ ਵੀ। ਜਿੱਦਣ ਤੁਹਾਡੀ ਝੋਲੀ 'ਚ ਅੰਮ੍ਰਿਤ ਵੇਲਾ ਪੈ ਗਿਆ, ਸਭ ਕੁਝ ਦੁਨੀਆ ਦੀਆਂ ਵਡਿਆਈਆਂ ਆ ਗਈਆਂ। ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਰੱਬ ਦਾ ਨਾਮ ਜਪਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।